श्री निजी तौर ते की महसूस करदे ने हर दिन हर सवेर उठ के हर रात सोण तो पहला वेले होर भी माड़े होने है असीं होर हो तकड़े लड़ना है तू मेरा कफन सवा के रख मिये मैं किसे जेल विच मरना है मेरे नाल रज के गल्लां करिया कर बापू मैं एक दो बारी होर पिंड मुड़ना है इल्जामां दा लगना विच एकदम तो एकदम लोकां दा खिलाफ हो जाना एकदम प्रिसेप्शन्स बन जानियां इक्को दम सवेरे उठो ते पता लगे भी चीजां को मतलब लाइफ नूं लोकां दा मैनूं देखण दा नजरिया ही बदल गया जी साडी कौम दी गल करन वाले जां पंजाब दी गल करन वाले तुसीं आप सोच के देखो कि इन्ने करोड़ां लोकां 'च तुसीं गिणती दे चार बंदे नूं मिलो जी तां फिर ओह चारां दा खड़ना ते जीणा किन्ना औखा होगा तुसीं सोच सकदे ਸਾਡੀ ਘੱਟ ਗਿਣਤੀ ਹੈ ਮਤਲਬ ਕਾਫੀ ਉਤਾਰ ਚੜਾਵ ਦੇਖਣੇ ਪੈਂਦੇ ਆ ਹਾਂ ਜੀ ਸਿਰਫ ਅਸੀਂ ਕੁੜੀਆਂ ਮੁੰਡਿਆਂ ਤੇ ਜਾਂ ਕਮਰਸ਼ੀਅਲ ਗਾਣੇ ਲਿਖਦੇ ਰਹੀਏ ਤਾਂ ਸੱਚੀ ਜ਼ਿੰਦਗੀ ਬਹੁਤ ਸੋਹਣੀ ਹੈ ਅਤੇ ਬੜੀ ਹਸੀਨ ਹੈ ਅੱਜ ਨੂੰ ਮੇਰੇ ਦੋ ਤਿੰਨ ਹਿਮਾਚਲ 'ਚ ਹੋਣੇ ਸੀਗੇ ਫਾਰਮ ਹਾਊਸ ਦੇ ਅਤੇ ਕਾਫੀ ਸਿਕਿਉਰਿਟੀ ਵੱਡੀ ਹੋਣੀ ਸੀਗੀ ਮੇਰੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਜੋ ਕਿ ਤੁਹਾਡੇ 'ਤੇ ਵੀ ਇੰਪਲੀਮੈਂਟ ਹੁੰਦੀ ਹੈ ਹਾਲਾਂਕਿ ਇਹ ਪ੍ਰਿੰਸ ਕਵਲ ਜੀ ਜਿਹਦੇ ਕਿਰਦਾਰ ਦੇ ਨਾਲ ਜੁੜੀ ਹੋਈ ਹੈ ਵੀ ਅਸਲੀ ਹਥਿਆਰ ਤੇ ਆ ਪੈਨ ਆ ਜੇ ਇਹ ਚੀਜ਼ਾਂ ਅਸਰ ਕਰਦੀਆਂ ਤਾਂ ਕੇਜੀਐਫ ਬੈਨ ਹੋਣੀ ਚਾਹੀਦੀ ਸੀ ਪੁਸ਼ਪਾ ਅਗਲੀ ਆ ਚੁੱਕੀ ਹੈ ਤੇ ਲੋਕ ਬੜੇ ਖੁਸ਼ ਹੈ ਪੁਸ਼ਪਾ ਲਈ ਕਿ ਪੁਸ਼ਪਾ ਦਾ ਨੈਕਸਟ ਚੈਪਟਰ ਆ ਰਿਹਾ ਹੈਗਾ ਜੇ ਇਹ ਚੀਜ਼ ਹਕੀਕਤ ਹੁੰਦੀ ਤਾਂ ਸਾਊਥ ਦਾ ਸਿਨੇਮਾ ਖਤਮ ਹੋ ਜਾਣਾ ਸੀਗਾ ਸੋ ਗਾਣਾ ਆਇਆ ਹੈ ਸਿੱਧੂ ਦਾ ਸਾਰੀ ਰਿਕਾਰਡ ਇੱਕ ਵਾਰ ਫਿਰ ਤੋਂ ਟੁੱਟ ਗਏ ਨੇ ਮੇਰਾ ਨਾਮ ਜੀ ਅਸੀਂ ਬੜੇ ਵਾਰੀ ਗਾਣਿਆਂ 'ਚ ਨਾ ਅਸੀਂ ਆਪਦੀਆਂ ਗੱਲਾਂ ਲਿਖ ਜਾਂਦੇ ਹਾਂ ਜਜ਼ਬਾਤ ਲਿਖਦੇ ਹਾਂ ਕਿ ਯਾਰ ਕੋਲ ਫੋਨ ਤਾਂ ਦੋ ਦੋ ਨੇ ਕਿਹਨੂੰ ਫੋਨ ਕਰਾਂ ਜਿਵੇਂ ਉਹਦੀਆਂ ਗੱਲਾਂ ਸੀਗੀਆਂ ਹੈ ਨਾ ਕਿ ਸਭ ਕੁਝ ਤਾਂ ਹੋ ਗਿਆ ਹੈ ਤੈਨੂੰ ਕੀ ਨਹੀਂ ਲੱਗਦਾ ਜੀ ਬਾਕੀ ਤਾਂ ਸਭ ਕੁਝ ਠੀਕ ਹੀ ਮੇਰਾ ਜੀ ਨਹੀਂ ਲੱਗਦਾ ਤਾਂ ਉਹ ਗੱਲਾਂ ਕਈ ਵਾਰੀ ਉਹ ਖੁਦ ਲਈ ਲਿਖ ਰਿਹਾ ਸੀਗਾ ਤਾਂ ਉਹ ਚੀਜ਼ਾਂ ਮੇਰਾ ਨਾਮ ਵੀ ਆਈ ਥਿੰਕ ਉਹਨੂੰ ਪਾਵਰਫੁਲ ਲੋਕ ਹੈ ਜੋ ਅੱਜ ਅਸੀਂ ਦੇਖ ਰਹੇ ਹਾਂ ਉਹ ਸਾਲ ਸਾਲ ਪਹਿਲਾਂ ਇਹ ਘੜ ਚੁੱਕੇ ਸੀ ਚੀਜ਼ਾਂ ਕਿੱਥੋਂ ਕੀ ਹੋਣਾ ਹੈ ਸ਼੍ਰੀ ਜ਼ਿੰਦਗੀ ਬੜੇ ਇਮਤਿਹਾਨ ਲੈ ਰਹੀ ਹੈ ਤੁਹਾਡੇ ਇਸ ਟਾਈਮ ਤੇ ਕਿਸ ਤਰ੍ਹਾਂ ਖੁਦ ਨੂੰ ਸਮੇਟਿਆ ਹੋਇਆ ਆਈ ਐਮ ਸ਼ੋਰ ਕਲਾਕਾਰ ਤੇ ਵੈਸੇ ਬੜਾ ਕੂਲੇ ਦਿਲ ਦਾ ਹੁੰਦਾ ਥੱਕਦੇ ਵੀ ਹੋਵੋਗੇ ਟੁੱਟਦੇ ਵੀ ਹੋਵੋਗੇ ਫਿਰ ਹਿੰਮਤ ਕਰਕੇ ਉੱਠ ਕੇ ਫਿਰ ਅਗਲੀ ਸਵੇਰ ਜਿਹੜੀ ਹੈ ਨਾ ਤੁਸੀਂ ਨਵੀਂ ਸ਼ੁਰੂਆਤ ਕਰਦੇ ਹੋਵੋਗੇ ਇੰਨੇ ਇਮਤਿਹਾਨਾਂ ਨੂੰ ਸ਼੍ਰੀ ਕਿਵੇਂ ਦੇਖ ਰਹੇ ਨੇ ਮਤਲਬ ਨਾ ਅਸੀਂ ਬੜੇ ਸੰਗਾਊ ਜਿਹੇ ਲੋਕ ਹੈਗੇ ਆ ਪੰਜਾਬੀ ਜੀ ਮੈਨੂੰ ਲੱਗਦਾ ਮੈਂ ਅੱਜ ਤਾਈਂ ਆਪਦੀ ਮਾਂ ਨੂੰ ਘੁੱਟ ਕੇ ਜੱਫੀ ਤੱਕ ਨਹੀਂ ਪਾਈ ਹੋਣੀ ਕਿਉਂ ਸ਼੍ਰੀ ਇੱਕ ਇੱਕ ਬੜਾ ਹਨਾ ਸੀ ਮਤਲਬ ਥੋੜਾ ਹੀ ਸਾਨੂੰ ਕਈ ਚੀਜ਼ਾਂ ਫਿਲਮੀ ਲੱਗਦੀ ਪਰ ਮੇਰੇ ਹੁਣ ਵੀ ਅੱਖਾਂ 'ਚ ਪਾਣੀ ਉਤਰਦਾ ਹੈ ਕਿ ਪਰ ਸਾਡੇ ਇੰਨੇ ਕੁ ਗੂੜੇ ਰਿਸ਼ਤੇ ਆ ਸਾਡੀਆਂ ਮਾਵਾਂ ਮਤਲਬ ਜਦੋਂ ਪੁੱਛਦੀ ਹੈ ਕਿ ਤੂੰ ਕੁਛ ਖਾਧਾ ਤੇ ਕੁਛ ਕਰਨ ਲਈ ਕਮਲਿਆ ਕਹਿੰਦੇ ਜ਼ਿੰਦਗੀ ਬਹੁਤ ਕਮਾਲ ਦੀ ਇੱਕ ਟੀਚਰ ਹੈ ਸਕੂਲ ਦੇ ਵਿੱਚ ਕਾਲਜਿਸ ਦੇ ਵਿੱਚ ਅਸੀਂ ਕੀ ਸਿੱਖਦੇ ਹਾਂ ਅਸੀਂ ਸਿੱਖਦੇ ਹਾਂ ਸ਼ਬਦਾਵਲੀ ਅਸੀਂ ਸਿੱਖਦੇ ਹਾਂ ਲੈਂਗੁਏਜਿਸ ਲੇਕਿਨ ਅਸਲੀ ਜਿਹੜੇ ਪਾਠ ਹੈ ਜ਼ਿੰਦਗੀ ਦੇ ਉਹ ਸਿਰਫ ਅਤੇ ਸਿਰਫ ਜੇ ਕੋਈ ਪੜ੍ਹਾਉਂਦਾ ਹੈ ਜਾਂ ਸਿਖਾਉਂਦਾ ਉਹ ਸਾਡੀ ਜ਼ਿੰਦਗੀ ਹੀ ਹੈ ਸੋ ਜ਼ਿੰਦਗੀ ਤੋਂ ਹੀ ਅਸੀਂ ਬੜਾ ਕੁਝ ਸਿੱਖਦੇ ਹਾਂ ਅੱਗੇ ਵੱਧਦੇ ਹਾਂ ਡਿੱਗਦੇ ਹਾਂ ਉੱਠਦੇ ਹਾਂ ਹਿੰਮਤ ਕਰਦੇ ਹਾਂ ਅਤੇ ਫਿਰ ਆਪਣੀ ਮੰਜ਼ਿਲ ਵੱਲ ਵੱਧਦੇ ਹਾਂ ਕਈ ਵਾਰ ਮੰਜ਼ਿਲ ਹਾਸਿਲ ਕਰਨ ਦੇ ਵਿੱਚ ਵਕਤ ਲੱਗ ਜਾਂਦਾ ਹੈ ਅਤੇ ਕਈ ਵਾਰ ਜਲਦੀ ਹੀ ਮਿਲ ਜਾਂਦੀ ਹੈ ਸੋ ਇਹੋ ਜਿਹੀ ਇੱਕ ਜਰਨੀ ਹੈ ਬੜੇ ਹੀ ਕਮਾਲ ਦੇ ਲਿਖਾਰੀ ਨੇ ਗਾਇਕ ਨੇ ਬੜੇ ਅੱਛੇ ਅੱਛੇ ਗੀਤ ਵੀ ਉਹਨਾਂ ਨੇ ਦਿੱਤੇ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਬੜੇ ਸਾਰੇ ਇਸ਼ੂਜ਼ ਨੂੰ ਉਹਨਾਂ ਨੇ ਟੱਚ ਕੀਤਾ ਲੇਕਿਨ ਹੁਣ ਜ਼ਿੰਦਗੀ ਦੀ ਜਿਹੜੀ ਉਹਨਾਂ ਦੀ ਭੱਜ ਦੌੜ ਹੈ ਉਹ ਉਹਨਾਂ ਨੂੰ ਬੜਾ ਕੁਝ ਸਿਖਾ ਰਹੀ ਹੈ ਅਤੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਸਾਰੇ ਅਪਸ ਐਂਡ ਡਾਊਨਸ ਵੀ ਜਿਹੜੇ ਨੇ ਉਹ ਵੇਖ ਰਹੇ ਨੇ ਸੋ ਬੜੀਆਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਲੇਕਿਨ ਅੱਜ ਦੀ ਇਹ ਖਾਸ ਇੰਟਰਵਿਊ ਜਿਹੜੀ ਹੈ ਉਹ ਉਹਨਾਂ ਦੀ ਕਲਮ ਦੀ ਇੰਟਰਵਿਊ ਹੈ ਕਿਉਂਕਿ ਜਿਹੜੀ ਫਿਲਮ ਹੈਗੀ ਹੈ ਉਹਨਾਂ ਨੇ ਲਿਖੀ ਹੈ ਔਰ ਰੁਤਬਾ ਯਾਰਾਂ ਦਾ ਸੋ ਰੁਤਬੇ ਬਾਰੇ ਗੱਲ ਕਰਾਂਗੇ ਉਸਦੇ ਲਈ ਸਵਾਗਤ ਕਰਨਾ ਚਾਹਾਂਗੀ ਮੈਂ ਸ਼੍ਰੀ ਬਰਾੜ ਜੀ ਦਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸ਼੍ਰੀ ਕਿਵੇਂ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਕਿਰਪਾ ਬਾਬਾ ਜੀ ਦੀ ਬਹੁਤ ਬਹੁਤ ਮਿਹਰ ਮੈਂ ਹੁਣੇ ਇੰਟਰੋਡਕਸ਼ਨ ਦੇ ਵਿੱਚ ਬੜਾ ਕੁਝ ਕਹਿ ਕੇ ਹਟੀ ਹਾਂ ਕਿਉਂਕਿ ਮੈਂ ਇਹ ਮਹਿਸੂਸ ਕੀਤਾ ਸ਼੍ਰੀ ਵੀ ਜਦੋਂ ਅਸੀਂ ਕਲਾਕਾਰ ਬਣ ਜਾਂਦੇ ਹਾਂ ਨਾ ਅਤੇ ਜ਼ਿੰਦਗੀ ਸਾਡੀ ਜਿਹੜੀ ਆਪਣੀ ਘੱਟ ਅਤੇ ਦੁਨੀਆ ਦੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਹੋ ਜਾਂਦੀ ਹੈ
ਤੇ ਜੋ ਕੁਛ ਵੀ ਪਿਛਲੇ ਕੁਛ ਸਮਾਂ ਤੋਂ ਚੱਲ ਰਿਹਾ, ਪਹਿਲੇ ਕਲਾਕਾਰ ਬਣੇ, ਫਿਰ ਗਾਣੇ ਹਿੱਟ ਗਏ, ਫਿਰ ਕਲਮ ਦੀ ਤਾਰੀਫ ਹੋਈ, ਫਿਰ ਗਾਇਕੀ ਦੀ ਤਾਰੀਫ ਹੋਈ, ਤੇ ਹੁਣ ਜਿਹੜੀ ਜ਼ਿੰਦਗੀ ਜੋ ਕਿ ਕਦੀ ਵੀ ਇੱਕੋ ਜਿਹੀ ਨਹੀਂ ਰਹਿੰਦੀ, ਸੋ ਉਹ ਉਤਾਰ ਚੜਾਵ ਦੇ ਵਿੱਚੋਂ ਜਦੋਂ ਸ਼੍ਰੀ ਨਿਕਲ ਰਹੇ ਨੇ, ਤੇ ਸ਼੍ਰੀ ਨਿੱਜੀ ਤੌਰ ਤੇ ਕੀ ਮਹਿਸੂਸ ਕਰਦੇ ਨੇ ਹਰ ਦਿਨ, ਹਰ ਸਵੇਰ ਉੱਠ ਕੇ, ਹਰ ਰਾਤ ਸੌਣ ਤੋਂ ਪਹਿਲਾਂ? ਲਾਈਫ ਦਾ ਨਾ ਇਹ ਹਿੱਸਾ ਹੈਗਾ ਇੱਕ, ਕਿਉਂਕਿ ਅਸੀਂ ਹੁੰਦੇ ਤਾਂ ਚਲੋ ਆਮ ਲੋਕਾਂ ਵਰਗੇ ਹੀ, ਆਮ ਲੋਕਾਂ ਚ ਉੱਠੇ ਹਾਂ, ਹਜੇ ਵੀ ਆਮ ਲੋਕ ਹੀ ਅਸੀਂ ਜੀ। ਹਜੇ ਜੇ ਆਖੀਏ ਕਿ ਕੋਈ ਕੋਈ ਸਾਨੂੰ ਥੋੜਾ ਜ਼ਿਆਦਾ ਪਿਆਰ ਕਰਨ ਵਾਲੇ ਦੀ ਗਿਣਤੀ ਵੱਧ ਜਾਂਦੀ ਹੈਗੀ ਇਸ ਸਮੇਂ ਨਾਲ ਜੀ, ਪਰ ਉਹਦੇ ਨਾਲ ਫਰਕ ਕੋਈ ਨਹੀਂ ਆਉਂਦਾ। ਤਾਂ ਮੈਨੂੰ ਲੱਗਦਾ ਹੈਗਾ ਕਿ ਜ਼ਿੰਦਗੀ ਦੇ ਚੀਜ਼ਾਂ ਉਤਾਰ ਚੜਾਅ ਇਹ ਹਿੱਸਾ ਹੈਗਾ, ਤੇ ਕਿਤੇ ਨਾ ਕਿਤੇ ਪਾਣੀ ਵੀ ਜਿਹੜਾ ਹੈਗਾ ਉਹ ਖੜਜੇ ਖਰਾਬ ਹੋ ਜਾਂਦਾ, ਉਹ ਚ ਵੀ ਉਤਾਰ ਚੜਾਅ ਚੱਲਦੇ ਆ। ਤਾਂ ਜ਼ਿੰਦਗੀ ਹੈ ਜਿਹੜੀ ਇਹ ਉਤਾਰ ਚੜਾਵਾਂ ਦਾ ਹੀ ਨਾਮ ਹੈ, ਮੈਨੂੰ ਲੱਗਦਾ ਹੈ ਸਾਨੂੰ ਖਿੜੇ ਮੱਥੇ ਇਹਨਾਂ ਨੂੰ ਲੈਣਾ ਚਾਹੀਦਾ ਜੀ। ਸੋ ਫਿਲਹਾਲ ਤੇ ਖਿੜੇ ਮੱਥੇ, ਤੁਹਾਡੇ ਫਿਲਮ ਜਿਹੜੀ ਤੁਸੀਂ ਲਿਖੀ ਹੈ ਰੁਤਬਾ, ਹੈ ਨਾ, ਉਹਦੀ ਵਾਹਵਾਹੀ ਹੋ ਰਹੀ ਹੈ ਖਿੜੇ ਮੱਥੇ, ਆਡੀਅੰਸ ਬੜਾ ਅੱਛਾ ਵੈਲਕਮ ਕਰ ਰਹੀ ਹੈ ਉਹਦਾ, ਉਹਦੇ ਲਈ ਮੁਬਾਰਕਾਂ ਨੇ ਪਹਿਲੇ ਤੇ ਤੁਹਾਨੂੰ। ਬਿਲਕੁਲ ਬਿਲਕੁਲ ਜੀ ਬਿਲਕੁਲ, ਕਾਫੀ ਵਧੀਆ ਰਿਸਪੌਂਸ ਆ ਰਿਹਾ, ਮੈਂ ਦੇਖ ਰਿਹਾ ਜੀ, ਬਹੁਤ ਬਹੁਤ ਖੁਸ਼ੀ ਹੋ ਰਹੀ ਮੈਨੂੰ। ਸ਼੍ਰੀ, ਕਦੋਂ ਕੀ ਆਈਡੀਆ ਸੀ, ਕਦੋਂ ਲਿਖਣਾ ਸ਼ੁਰੂ ਕੀਤਾ, ਕਿਸ ਤਰ੍ਹਾਂ ਤੁਹਾਡਾ ਪਲਾਨ ਬਣਿਆ ਵੀ ਹਾਂ ਇੱਕ ਫੁੱਲ ਫਲੈਜਡ ਫਿਲਮ ਜਿਹੜੀ ਹੈ ਹੁਣ ਮੈਂ ਲਿਖਣੀ ਹੈ? ਇਹ ਜੀ ਕਾਫੀ ਟਾਈਮ ਤੋਂ ਕਰ ਰਿਹਾ ਸੀਗਾ ਮੈਂ, ਮੈਨੂੰ ਇੱਕ ਵਾਰੀ ਕਿਉਂਕਿ ਦਿਲਜੀਤ ਵੀਰੇ ਨਾਲ ਨਾ ਗੋਟ ਐਲਬਮ ਕੀਤੀ ਸੀ ਅਸੀਂ ਜੀ, ਤਾਂ ਮੈਨੂੰ ਇਹ ਮੈਂ ਲਿਖਦਾ ਹੁੰਦਾ ਸੀਗਾ ਮੂਵੀਜ਼ ਵਗੈਰਾ ਫਿਲਮਾਂ ਲਿਖਦਾ ਰਹਿੰਦਾ ਸੀ ਕਹਾਣੀਆਂ, ਪਰ ਦਿਲਜੀਤ ਵੀਰੇ ਨੇ ਇੱਕ ਵਾਰੀ ਰਾਤ ਨੂੰ ਫੋਨ ਕੀਤਾ ਮੈਨੂੰ, ਕਹਿੰਦੇ ਗੱਲ ਹੋਈ, ਕਹਿੰਦੇ ਸ਼੍ਰੀ ਤੂੰ ਫਿਲਮ ਵੀ ਲਿਖ ਸਕਦਾ ਜਾਂ ਲਿਖਦਾ ਤੂੰ, ਕਿਉਂਕਿ ਮੇਰੇ ਗਾਣਿਆਂ ਚ ਬੜੇ ਗਾਣੇ ਤੁਸੀਂ ਸੁਣੋਗੇ ਉਹਨਾਂ ਚ ਇੱਕ ਕਨਸੈਪਟ ਇਦਾਂ ਦਾ ਹੁੰਦਾ ਕਿ ਕੋਈ ਗੱਲ ਹੋ ਗਈ ਜਾਂ ਹੋ ਰਹੀ ਹੈ, ਉਹ ਇਦਾਂ ਦੇ ਜੀ ਗਾਣੇ ਲਿਖਦਾ ਮੈਂ, 3 ਮਿੰਟ ਸਟੋਰੀ ਕਹਿ ਸਕਦੇ ਆ। ਹਾਂ ਜੀ ਜੀ ਜੀ, ਤਾਂ ਉਹਨਾਂ ਨੇ ਜਦੋਂ ਮੈਨੂੰ ਗੱਲ ਚੱਲੀ ਤਾਂ ਅਸੀਂ ਉਦੋਂ ਬਾਅਦ ਚ ਮੂਵੀ ਤੇ, ਮੈਂ ਕਿਹਾ ਜ਼ਰੂਰ, ਮੈਂ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਹੌਸਲਾ ਦਿੱਤਾ ਵੀਰੇ ਨੇ ਕਿ ਤੈਨੂੰ ਸ਼੍ਰੀ ਕਰਨਾ ਚਾਹੀਦਾ, ਤੇ ਮੈਂ ਉਹਨਾਂ ਨੂੰ ਇੱਕ ਦੋ ਸਟੋਰੀਆਂ ਦੱਸਿਆ, ਕਹਿੰਦੇ ਆਹੀ ਤਾਂ ਹੁੰਦੀਆਂ ਫਿਲਮਾਂ ਜੋ ਤੂੰ ਲਿਖ ਰਿਹਾ। ਤਾਂ ਮੈਨੂੰ ਪਤਾ ਨਹੀਂ ਸੀ ਕਿ ਇਹ ਫਿਲਮ ਬਣਦੀ ਕਿਵੇਂ ਹੈ, ਮਤਲਬ ਕੀ ਕਹਾਣੀ ਕੀ ਤਰੀਕੇ ਨਾਲ ਹੁੰਦੀ ਹੈ, ਕਈ ਵਾਰੀ ਅਸੀਂ ਕਹਾਣੀ ਸੋਚ ਲੈਂਦੇ ਹਾਂ, ਸਾਨੂੰ ਨਹੀਂ ਪਤਾ ਹੁੰਦਾ ਕਿਵੇਂ ਸੈੱਟ ਬੈਠੂ, ਫਿਲਮ ਕਿਵੇਂ ਬਣਨੀ ਹੈ, ਬਟ ਉਸ ਤੋਂ ਬਾਅਦ ਮੈਂ ਸ਼ੁਰੂ ਕੀਤਾ ਤਾਂ ਹੁਣ ਫਿਲਮਾਂ 'ਚ ਵੀ ਕਰ ਰਿਹਾ ਜੀ। ਨਹੀਂ ਬਹੁਤ ਵਧੀਆ, ਬਹੁਤ ਅੱਛਾ ਰਿਸਪੌਂਸ ਹੈ, ਟ੍ਰੇਲਰ ਨੂੰ ਵੀ ਬੜਾ ਅੱਛਾ ਹੁੰਗਾਰਾ ਮਿਲਿਆ। ਤੇ ਇੱਕ ਗੱਲ ਜ਼ਰੂਰ ਜਾਣਨੀ ਚਾਹਾਂਗੀ ਕਿ ਦੇਵ ਕਰੋੜ ਇੱਕ ਨਵਾਂ ਸਿਨੇਮਾ ਲੈ ਕੇ ਆਏ ਨੇ, ਹੈ ਨਾ, ਉਹਨਾਂ ਦਾ ਇੱਕ ਐਕਸ਼ਨ ਹੋ ਗਿਆ ਜਾਂ ਉਹਨਾਂ ਦਾ ਜਿਹੜਾ ਇੱਕ ਰੁਤਬਾ ਹੋ ਗਿਆ ਜੋ ਉਹਨਾਂ ਨੇ ਫਿਲਮਾਂ ਦੇ ਕਿਰਦਾਰਾਂ ਦੇ ਜ਼ਰੀਏ ਹਾਸਿਲ ਕੀਤਾ, ਸੋ ਇਹ ਰੁਤਬੇ ਦਾ ਖਿਆਲ ਸ਼੍ਰੀ ਦੇ ਦਿਮਾਗ ਦੇ ਵਿੱਚ ਕਿੱਦਾਂ ਆਇਆ, ਅਤੇ ਕੀ ਇਹ ਕਿਰਦਾਰ ਪਹਿਲਾਂ ਹੀ ਇਹ ਸੋਚ ਕੇ ਘੜੇ ਗਏ ਸੀ ਵੀ ਇਹ ਕਿਰਦਾਰ ਇਹ ਨਿਭਾਉਣਗੇ ਕਲਾਕਾਰ, ਜਾਂ ਫਿਰ ਪਹਿਲੇ ਲਿਖੇ ਗਏ ਨੇ ਅਤੇ ਬਾਅਦ 'ਚ ਕਲਾਕਾਰ ਜੁੜੇ ਨੇ? ਕਿਉਂਕਿ ਜਦੋਂ ਸ਼ੁਰੂਆਤ ਮੂਵੀ ਦੀ ਕੀਤੀ ਸੀਗੀ ਅਸੀਂ, ਤਾਂ ਉਦੋਂ ਪ੍ਰਿੰਸ ਕਮਲਜੀਤ ਵੀਰਾ ਤੇ ਅਸੀਂ ਬੈਠੇ ਸੀ ਜਦੋਂ, ਤਾਂ ਉਦੋਂ ਅਸੀਂ ਸ਼ੁਰੂ ਕੀਤਾ, ਤਾਂ ਜਿਹੜਾ ਦੂਜਾ ਕਿਰਦਾਰ ਸੀਗਾ ਉਹ ਸਾਡੇ ਮਨ 'ਚ ਸੀਗਾ ਕਿ ਕਿਉਂਕਿ ਇਹ ਥੋੜਾ ਸੀਰੀਅਸ ਜਿਹਾ ਸਿਨੇਮਾ ਹੈਗਾ, ਤਾਂ ਉਸ ਲਈ ਦੇਵ ਵੀਰਾ ਹੀ ਪਰਫੈਕਟ ਲੱਗ ਰਹੀ ਸੀ ਸਾਨੂੰ, ਤਾਂ ਅਸੀਂ ਉਹ ਕਹਾਣੀ ਸੋਚ ਵੀ ਉਦਾਂ ਹੀ ਰਹੇ ਸੀ ਕਿ ਇਹ ਕਿਰਦਾਰ ਹੋਣੇ ਸਾਡੇ। ਤੇ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਜੋ ਕਿ ਤੁਹਾਡੇ ਤੇ ਵੀ ਇੰਪਲੀਮੈਂਟ ਹੁੰਦੀ ਹੈ, ਹਾਲਾਂਕਿ ਇਹ ਪ੍ਰਿੰਸ ਕਮਲਜੀਤ ਜੀ ਦੇ ਕਿਰਦਾਰ ਦੇ ਨਾਲ ਜੁੜੀ ਹੋਈ ਹੈ, ਵੀ ਅਸਲੀ ਹਥਿਆਰ ਤੇ ਆ ਪੈਨ ਆ, ਇਹ ਤੁਹਾਡੇ ਤੇ ਵੀ ਥੋੜਾ ਜਿਹਾ ਇੰਪਲੀਮੈਂਟ ਤਾਂ ਕਰਕੇ ਹੁੰਦਾ ਵੀ ਕਲਾਕਾਰ ਹਰ ਗੱਲ ਜਿਹੜੀ ਨਹੀਂ ਕਰ ਸਕਦਾ, ਹਾਲਾਂਕਿ ਤੁਸੀਂ ਬਹੁਤ ਬੇਬਾਕੀ ਦੇ ਨਾਲ ਸੋਸ਼ਲ ਮੀਡੀਆ ਤੇ ਆ ਕੇ ਆਪਣੀ ਗੱਲ ਰੱਖਦੇ ਹੋ, ਬਟ ਜਿੱਥੇ ਹਥਿਆਰ ਕੰਮ ਨਹੀਂ ਕਰਦੇ ਉੱਥੇ ਆਹ ਹਥਿਆਰ ਕੰਮ ਕਰਦਾ, ਇਹ ਤੁਹਾਡੀ ਜ਼ਿੰਦਗੀ ਦੇ ਨਾਲ ਕਾਫੀ ਰੈਲੇਵੈਂਟ ਹੈ। ਸ਼੍ਰੀ, ਮੈਨੂੰ ਇਹਦੇ ਬਾਰੇ ਦੱਸੋ ਵੀ ਕਿਸ ਤਰ੍ਹਾਂ ਥੋਟ ਪ੍ਰੋਸੈਸ ਜਿਹੜੇ ਨੇ ਉਹ ਰਿਟਨ ਡਾਊਨ ਹੁੰਦੇ ਨੇ? ਕਈ ਵਾਰੀ ਤਾਂ ਗੀਤ ਹੁੰਦਾ ਜੀ, ਅਸੀਂ ਵੈਸੇ ਕਈ ਵਾਰ ਕਨਸੈਪਟ ਹੈਗਾ ਕਿ ਇਸ ਤੇ ਗਾਣਾ ਬਣਾਉਣਾ ਹੈਗਾ ਤਾਂ ਅਸੀਂ ਬਣਾਉਂਦੇ ਹਾਂ ਜੀ, ਪਰ ਮੇਰੀ ਜ਼ਿੰਦਗੀ 'ਚ ਥੋੜਾ ਜਿਹਾ ਪਤਾ ਨਹੀਂ ਇਸ ਚੀਜ਼ ਨਾਲ ਬੜੇ ਰਾਈਟਰ ਉਹ ਰੱਖਦੇ ਹੋਣਗੇ ਸਹਿਮਤੀ ਜਾਂ ਨਹੀਂ, ਪਰ ਮੈਨੂੰ ਐਂ ਲੱਗਦਾ ਕਿ ਜਿਹੜੇ ਗੀਤ ਹੈਗੇ ਉਹ ਵੇਵਸ ਹੈਗੀਆਂ ਤੇ ਉਹ ਜੇ ਜਦੋਂ ਆਉਂਦੇ ਆ ਫਿਰ ਉਹ ਲਿਖਵਾ ਕੇ ਛੱਡਦੇ ਆ, ਜੇ ਰਾਤ ਦੇ ਕਈ ਵਾਰੀ 3 ਵਜੇ ਜਿਵੇਂ ਇਹ ਕਹਾਣੀ ਜਿਹੜੀ ਮੂਵੀ ਆਈ ਹੈ, ਤਾਂ ਇਹ ਜਿੰਨੀ ਕੁ ਹੈਗੀ ਹੈ ਇਹ ਮੈਂ ਲਿਖੀ ਸੀਗੀ ਜਦੋਂ ਇਹ 2-3 ਘੰਟਿਆਂ ਵਿੱਚ ਹੀ ਲਿਖੀ ਸੀਗੀ। ਓਕੇ, ਕਿਉਂਕਿ ਜਿਵੇਂ ਇੱਕ ਸੁਪਨਾ ਚੱਲਦਾ ਐਂ ਚੱਲਦਾ ਹੈਗਾ ਮੇਰੇ ਲਈ, ਤਾਂ ਮੈਂ ਅਕਸਰ ਕਹਿੰਦਾ ਕਿ ਬੜੀਆਂ ਚੀਜ਼ਾਂ ਕਈ ਵਾਰੀ ਅਸੀਂ ਫਿਲਮਾਂ ਲਿਖਦੇ ਹਾਂ, ਮੈਂ ਕਈ ਕੁਛ ਕਹਾਣੀਆਂ ਆਉਣ ਵਾਲੇ ਟਾਈਮ 'ਚ ਆ ਰਹੀਆਂ, ਤਾਂ ਉਹ ਜਦੋਂ ਮੈਂ ਲਿਖੀਆਂ ਤੇ ਬਣਾਈਆਂ ਤੇ ਉਹ ਚੀਜ਼ਾਂ ਉਦੋਂ ਬਾਅਦ 'ਚ ਹੋਈਆਂ ਜੀ, ਤਾਂ ਉਹ ਬੜਾ ਮੈਂ ਕਈ ਦਿਨ ਹੈਰਾਨ ਰਿਹਾ ਕਿ ਇਹ ਕਿਵੇਂ ਹੋਇਆ, ਤੇ ਉਹ ਕਹਾਣੀ ਦੇ ਕਿਰਦਾਰਾਂ ਨਾਲ ਮੈਂ ਬਹੁਤ ਜੁੜ ਜਾਂਦਾ ਜੀ, ਤਾਂ ਇਹ ਇੱਕ ਜਿਵੇਂ ਇਮੋਸ਼ਨਲੀ ਵੀ ਉਹ ਕਹਾਣੀ ਨਾਲ ਜੁੜ ਜਾਂਦਾ, ਪਰ ਮੈਨੂੰ ਕਈ ਵਾਰੀ ਲੱਗਦਾ ਕਿ
ਕੁਦਰਤ ਖੁਦ ਲਿਖਵਾਉਂਦੀ ਹੈ ਕਈ ਵਾਰੀ ਕੁਝ ਚੀਜ਼ਾਂ। ਬਿਲਕੁਲ, ਮਨਕੀਰਤ ਨੂੰ ਸਾਰੇ ਮਿਲਣ ਦੇ ਬੜੇ ਚਾਹਵਾਨ ਸੀ ਪਰ ਉਹ ਗੱਲ ਹੋ ਨਹੀਂ ਸੀ ਪਾ ਰਹੀ, ਪਰ ਤੁਹਾਡੀ ਫਿਲਮ ਰੁਤਬਾ ਦੇ ਜ਼ਰੀਏ ਬੜੇ ਖੁਸ਼ ਮਿਜ਼ਾਜ ਦੇ ਨਾਲ ਆਏ ਨੇ, ਸਾਰਿਆਂ ਨਾਲ ਗੱਲਬਾਤ ਕੀਤੀ ਹੈ। ਸੋ ਆਡੀਅੰਸ ਦੇ ਲਈ ਇੱਕ ਟ੍ਰੇਲਰ ਅਤੇ ਦੂਸਰਾ ਉਹਨਾਂ ਦਾ ਸਭ ਨਾਲ ਆ ਕੇ ਗੱਲਬਾਤ ਕਰਨਾ ਵੀ ਇੱਕ ਸਰਪ੍ਰਾਈਜ਼ ਸੀ। ਸੋ ਇੱਕ ਯਾਰੀ ਦੀ ਮਿਸਾਲ ਸੀ, ਸ਼੍ਰੀ ਲਈ ਯਾਰੀ ਕੀ ਹੈ? ਮੇਰੇ ਲਈ ਯਾਰੀ ਜੀ, ਯਾਰੀ ਆਈ ਥਿੰਕ ਯਾਰੀਆਂ ਜੋ ਪੰਜਾਬ 'ਚ, ਚਲੋ ਅਸੀਂ ਜਿਵੇਂ ਅਸੀਂ ਲੈ ਕੇ ਚੱਲਦੇ ਹਾਂ, ਸਾਨੂੰ ਤਾਂ ਸਾਡਾ ਸਰਕਲ ਹੁੰਦਾ, ਬੜੀਆਂ ਚੀਜ਼ਾਂ ਅਸੀਂ ਉੱਥੋਂ ਸਿੱਖਦੇ ਹੈਗੇ ਹਾਂ, ਬੜੀਆਂ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ, ਇੱਕ ਇੱਕ ਹੁੰਦਾ ਕਿ ਮਾਂ ਪਿਓ ਤੋਂ ਕਈ ਕੁਛ ਚੀਜ਼ਾਂ ਸਿੱਖਦੇ ਹਾਂ ਅਸੀਂ, ਉਸ ਤੋਂ ਬਾਅਦ ਜਿਹੜੇ ਲੋਕਾਂ ਨਾਲ ਰਹਿੰਦੇ ਹਾਂ ਕਈ ਵਾਰੀ ਉਹਨਾਂ ਤੋਂ ਅਸੀਂ ਬੜਾ ਕੁਛ ਸਿੱਖਦੇ ਹਾਂ। ਤਾਂ ਯਾਰੀਆਂ ਮੈਨੂੰ ਲੱਗਦਾ ਸਾਡੇ ਲਈ ਤਾਂ ਬੜੀ ਵੱਡੀ ਚੀਜ਼ ਹੈਗੀਆਂ। ਜਿਵੇਂ ਇੰਡਸਟਰੀ 'ਚ ਵੀ ਕੰਮ ਕਰਦੇ ਹਾਂ ਜੀ, ਜਿਵੇਂ ਹੁਣ ਸਾਰਿਆਂ ਦਾ ਆਪਸਰੀ 'ਚ ਪਿਆਰ ਹੈਗਾ, ਤਾਂ ਇੱਕ ਦੂਜੇ ਤੋਂ ਸਿੱਖਣ ਨੂੰ ਮਿਲਦਾ ਕਾਫੀ ਕੁਛ ਜੀ, ਮਾੜੇ ਚੰਗੇ ਸਮਿਆਂ 'ਚ ਵੀ ਨਾਲ ਖੜਦੇ ਆ ਜਦੋਂ, ਤੇ ਉਹ ਹੌਸਲੇ ਹੁੰਦੇ ਆ ਜੀ। ਸੋ ਬੜਾ ਵਧੀਆ ਲੱਗਿਆ ਕਿ ਉਹ ਕਿਸ ਤਰ੍ਹਾਂ ਸਪੋਰਟ ਕਰਨ, ਇੰਦਰ ਚਾਹਲ ਉੱਥੇ ਆਏ ਸੀਗੇ, ਸੋ ਬੜੇ ਗੀਤ ਵੀ ਤੁਸੀਂ ਇਕੱਠਿਆਂ ਨੇ ਕੀਤੇ ਹੈ, ਅਤੇ ਕਿਸ ਤਰ੍ਹਾਂ ਉਸ ਵੇਲੇ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਸੀ ਕੋਸ ਦੇ ਜ਼ਰੀਏ ਕਿ ਹਾਂਜੀ ਟ੍ਰੇਲਰ ਲਾਂਚ ਹੋਣ ਲੱਗਿਆ ਜਾਂ ਇਹ ਮੀਡੀਆ ਦਾ ਫਿਲਹਾਲ ਰਿਸਪੋਂਸ ਹੈ, ਸ਼੍ਰੀ ਤੁਹਾਨੂੰ ਹੋਣਾ ਚਾਹੀਦਾ ਸੀਗਾ, ਇੱਕ ਮਿਸਿੰਗ ਫੈਕਟਰ ਜਿਹੜਾ ਕਹਿੰਦੇ ਆ ਉਸ ਟਾਈਮ ਤੁਹਾਨੂੰ ਲੈ ਕੇ ਉੱਥੇ ਫੀਲ ਕੀਤਾ ਗਿਆ? ਜੀ ਹਾਂ, ਮੈਨੂੰ ਇੱਥੇ ਜੀ ਥੋੜਾ ਮੈਨੂੰ ਹੋਣਾ ਵੀ ਚਾਹੀਦਾ ਸੀਗਾ, ਉੱਥੇ ਪਹਿਲੀ ਫਿਲਮ ਸੀ ਮੇਰੀ। ਹਾਂ, ਤੁਸੀਂ ਸੱਚ ਆਪਦੀ ਫਿਲਮ ਤੇ ਨਹੀਂ ਆਏ ਸ਼੍ਰੀ? ਕਿਉਂਕਿ ਇੱਥੇ ਹੋਰ ਫਿਲਮ ਦਾ ਵੀ ਚੱਲ ਰਿਹਾ ਜੀ, ਅਸੀਂ ਉਹ ਵੀ ਅੱਗੇ ਕਰ ਰਹੇ ਹਾਂ ਜੀ, ਤੇ ਉਸ ਕੰਮ ਕਰਕੇ ਥੋੜਾ ਹੋ ਗਿਆ, ਤੇ ਬਾਕੀ ਜਿੰਨਾ ਹੋ ਸਕਦਾ ਮੈਂ ਇੱਥੋਂ ਬੈਠ ਕੇ ਕਰ ਸਕਦਾ, ਜਿੰਨਾ ਮਤਲਬ ਮੂਵੀ ਲਈ ਉਹ ਕਰ ਰਿਹਾ ਮੈਂ। ਸ਼੍ਰੀ, ਜ਼ਿੰਦਗੀ ਬੜੇ ਇਮਤਿਹਾਨ ਲੈ ਰਹੀ ਹੈ ਤੁਹਾਡੇ ਇਸ ਟਾਈਮ ਤੇ, ਕਿਸ ਤਰ੍ਹਾਂ ਖੁਦ ਨੂੰ ਸਮੇਟਿਆ ਹੋਇਆ? ਆਈ ਐਮ ਸ਼ੋਰ ਕਲਾਕਾਰ ਤੇ ਵੈਸੇ ਬੜਾ ਕੂਲੇ ਦਿਲ ਦਾ ਹੁੰਦਾ, ਥੱਕਦੇ ਵੀ ਹੋਵੋਗੇ, ਟੁੱਟਦੇ ਵੀ ਹੋਵੋਗੇ, ਫਿਰ ਹਿੰਮਤ ਕਰਕੇ ਉੱਠ ਕੇ ਫਿਰ ਅਗਲੀ ਸਵੇਰ ਜਿਹੜੀ ਹੈ ਨਾ ਤੁਸੀਂ ਨਵੀਂ ਸ਼ੁਰੂਆਤ ਕਰਦੇ ਹੋਵੋਗੇ, ਇੰਨੇ ਇਮਤਿਹਾਨਾਂ ਨੂੰ ਸ਼੍ਰੀ ਕਿਵੇਂ ਦੇਖ ਰਹੇ ਨੇ? ਇਹ ਸਾਡਾ ਨਾ ਪੰਜਾਬ 'ਚ ਜੀ, ਜਾਂ ਮੈਨੂੰ ਲੱਗਦਾ ਹਰ ਥਾਂ ਤੇ ਹੀ ਹੋਣਾ ਹੈ, ਸਾਡੇ ਜਿਹੜੇ ਪਰਿਵਾਰ ਹੈ, ਮਾਂ, ਜਿਵੇਂ ਹੁਣ ਮੈਂ ਮੇਰੀ ਮਾਂ ਨੂੰ ਵੀ ਅੱਜ ਤੱਕ ਮੈਨੂੰ ਲੱਗਦਾ, ਮੈਂ ਕੱਲ੍ਹ ਸੋਚ ਰਿਹਾ ਸੀਗਾ ਕਿ ਮਤਲਬ ਨਾ ਅਸੀਂ ਬੜੇ ਸੰਗਾਊ ਜਿਹੇ ਲੋਕ ਹੈਗੇ ਹਾਂ ਪੰਜਾਬੀ ਜੀ, ਮੈਨੂੰ ਲੱਗਦਾ ਮੈਂ ਅੱਜ ਤਾਈ ਆਪਦੀ ਮਾਂ ਨੂੰ ਘੁੱਟ ਕੇ ਜੱਫੀ ਤੱਕ ਨਹੀਂ ਪਾਈ ਹੋਣੀ। ਕਿਉਂ ਸ਼੍ਰੀ? ਇੱਕ ਇੱਕ ਬੜਾ ਹਨਾ ਸੀ, ਮਤਲਬ ਥੋੜਾ ਜਿਹਾ ਸਾਨੂੰ ਕਈ ਚੀਜ਼ਾਂ ਫਿਲਮੀ ਲੱਗਦੀਆਂ, ਪਰ ਮੇਰੇ ਹੁਣ ਵੀ ਅੱਖਾਂ 'ਚ ਪਾਣੀ ਉਤਰਦਾ ਹੈ ਕਿ ਪਰ ਸਾਡੇ ਇੰਨੇ ਕੁ ਗੂੜੇ ਰਿਸ਼ਤੇ ਆ, ਸਾਡੀਆਂ ਮਾਵਾਂ ਮਤਲਬ ਜਦੋਂ ਪੁੱਛਦੀਆਂ ਕਿ ਤੂੰ ਕੁਛ ਖਾਧਾ, ਤੇ ਕੁਛ ਕਰਨ ਲਈ ਕਮਲਿਆ, ਤਾਂ ਕਈ ਵਾਰ ਜ਼ਿੰਦਗੀ 'ਚ ਬੜਾ ਕੁਛ ਦੇਖਦਾ ਮੈਂ, ਤੇ ਮੈਨੂੰ ਪਰਿਵਾਰ ਦੇ ਤੌਰ ਤੇ ਮੇਰਾ ਪਰਿਵਾਰ ਇੱਕ ਮਿਲਿਆ ਮੈਨੂੰ ਪੰਜਾਬ ਵੀ। ਬੜੇ ਲੋਕਾਂ ਨੂੰ ਲੱਗਦਾ ਸੀ ਕਿ ਤੂੰ ਮੁੱਦਿਆਂ ਦੀ ਜਾਂ ਇਹ ਚੀਜ਼ਾਂ ਤੂੰ ਇੰਨਾ ਜ਼ਿੰਦਗੀ ਦੇ ਵਿੱਚ ਆਪਦੇ, ਲੋਕਾਂ ਨੂੰ ਸਭ ਨੂੰ ਲੱਗਦਾ ਵੀ ਸੀ ਤੇ ਉਹ ਸੱਚ ਵੀ ਸੀ ਕਿ ਮੈਂ ਆਪਦੇ ਕੈਰੀਅਰ ਨਾਲ ਹੀ ਖੇਡਿਆ ਕਰਕੇ, ਪਰ ਮੈਨੂੰ ਲੱਗਦਾ ਕਿ ਇੱਕ ਪਰਿਵਾਰ ਜਿਵੇਂ ਦੀ ਮੇਰੀ ਮਾਂ ਹੈ ਉਵੇਂ ਦੀਆਂ ਮਾਵਾਂ ਮੈਨੂੰ ਬੜੀਆਂ ਮਿਲ ਗਈਆਂ ਪੰਜਾਬ 'ਚੋਂ ਜੀ। ਮੈਂ ਪਿਛਲੀ ਵਾਰ ਇੱਕ ਵਾਰੀ ਲਾਈਵ ਗਿਆ ਤੇ ਕਿਸੇ ਭੈਣ ਨੇ, ਹੁਣ ਵੀ ਕਮੈਂਟ ਪਿਆ ਹੋਣਾ, ਤੇ ਮੈਂ ਆਸਟ੍ਰੇਲੀਆ ਹੈਗਾ ਇਸ ਟਾਈਮ ਜੀ, ਤਾਂ ਕਿਸੇ ਨੇ ਕਿਸੇ ਵੀਰ ਨੂੰ ਕਮੈਂਟਾਂ 'ਚ ਕਿਹਾ ਕਿ ਤੁਸੀਂ ਕਮੈਂਟ ਕਰਦੇ ਹੋ ਸ਼੍ਰੀ ਲਈ, ਅਸੀਂ ਕੁੜੀਆਂ ਬਾਹਰ ਆ ਜਾ ਨਹੀਂ ਸਕਦੀਆਂ, ਤੇ ਤੁਸੀਂ ਵੀਰੇ ਜਾ ਕੇ ਪੁੱਛੋ ਕਿ ਉਹ ਖਾ ਪੀ ਰਿਹਾ ਕੁਛ, ਉਹਦਾ ਹਾਲ ਚਾਲ ਪੁੱਛੋ, ਉਹਦੇ ਕੋਲ ਜਾ ਕੇ ਖੜੋ। ਤਾਂ ਮੈਨੂੰ ਲੱਗਦਾ ਕਿ ਆਈ ਥਿੰਕ ਇਹ ਚੀਜ਼ਾਂ ਸਾਨੂੰ ਟੁੱਟਣ ਨਹੀਂ ਦੇਣਗੀਆਂ। ਹਾਂ, ਇਹ ਕੁਛ ਵੀ ਨਹੀਂ ਹੈ ਜੋ ਮੈਂ ਅੱਗੇ ਵੀ ਕਈ ਦਿਨ ਪਹਿਲਾਂ ਮੈਂ ਇੰਟਰਵਿਊ 'ਚ ਵੀ ਕਿਹਾ ਸੀ, ਮੈਂ ਲਾਈਵ ਆ ਕੇ ਵੀ ਅੱਜ ਤੋਂ ਮੈਂ 6-7 ਮਹੀਨੇ ਸਾਲ ਪਹਿਲਾਂ ਦਾ ਇਹ ਚੀਜ਼ਾਂ ਕਹਿ ਰਿਹਾ ਹੈਗਾ ਕਿ ਵੇਲੇ ਹੋਰ ਵੀ ਮਾੜੇ ਹੋਣੇ ਆ, ਅਸੀਂ ਹੋਰ ਉਹ ਤਕੜੇ ਲੜਨਾ ਹੈ, ਤੂੰ ਮੇਰਾ ਕਫਨ ਸਵਾ ਕੇ ਰੱਖ ਮੀਏ, ਮੈਂ ਕਿਸੇ ਜੇਲ੍ਹ ਵਿੱਚ ਮਰਨਾ ਹੈ, ਮੇਰੇ ਨਾਲ ਰੱਜ ਕੇ ਗੱਲਾਂ ਕਰਿਆ ਕਰ ਬਾਪੂ, ਮੈਂ ਇੱਕ ਦੋ ਵਾਰੀ ਹੋਰ ਪਿੰਡ ਮੁੜਨਾ ਹੈ। ਤਾਂ ਮੈਨੂੰ ਲੱਗਦਾ ਕਿ ਵੇਲੇ ਹੋਰ ਵੀ ਮਾੜੇ ਹੋਣਗੇ, ਪਰ ਪੰਜਾਬ ਜਿਹੜੇ ਸਾਡੀਆਂ ਮਾਵਾਂ ਹੈ, ਭੈਣਾਂ ਹੈ, ਭਰਾ ਹੈਗੇ ਆ, ਬਹੁਤ ਸਿਆਣੇ ਆ, ਬਹੁਤ ਸਮਝਦਾਰ ਹੈ, ਸਾਂਭ ਲੈਣਗੇ। ਅੱਛਾ ਸ਼੍ਰੀ, ਬੜੇ ਬਲੈਸਡ ਹੁੰਦੇ ਨੇ ਕਲਾਕਾਰ ਜਿਨ੍ਹਾਂ ਨੂੰ ਪਿਆਰ ਕਰਨ ਵਾਲੇ ਕਈ ਮਾਵਾਂ ਮਿਲ ਜਾਂਦੀਆਂ, ਕਈ ਬਾਪ, ਕਈ ਭੈਣ, ਕਈ ਭਰਾ ਮਿਲ ਜਾਂਦੇ ਆ ਨਾ, ਪਰ ਉੱਥੇ ਕਿਤੇ ਨਾ ਕਿਤੇ ਕੁਛ ਚੀਜ਼ਾਂ ਫੈਮਿਲੀ ਨੂੰ ਜਦੋਂ ਬੋਦਰ ਕਰਦੀਆਂ ਨੇ, ਉਦੋਂ ਤੁਸੀਂ ਕਿੱਦਾਂ ਹੈਂਡਲ ਕਰਦੇ ਹੋ ਕਲਾਕਾਰਾਂ ਨੇ? ਕਿਉਂਕਿ ਪਹਿਲੇ ਮੈਨੂੰ ਇਹ ਦੱਸੋ ਵੀ ਰੁਤਬੇ ਟ੍ਰੇਲਰ ਨੂੰ ਲੈ ਕੇ ਘਰਦਿਆਂ ਦਾ ਕੀ ਰਿਸਪੋਂਸ ਹੈ, ਉਹਨਾਂ ਨੇ ਕੀ ਤੁਹਾਨੂੰ ਕੰਪਲੀਮੈਂਟ ਕੀਤਾ?
ਲਾਈਕ ਮੇਰੇ ਘਰ ਦੇ ਹੈਗੇ ਉਹਨਾਂ ਨੂੰ ਅੱਜ ਵੀ ਮੈਂ ਉਹੀ ਹਾਂ, ਉਹਨਾਂ ਨੂੰ ਕੁਛ ਵੀ ਨਹੀਂ ਲੱਗਦਾ, ਨਾ ਉਹਨਾਂ ਨੂੰ ਜਿਵੇਂ ਦਾ ਸੀ ਉਹੀ ਚੀਜ਼ਾਂ ਲੱਗਦੀਆਂ। ਤਾਂ ਜਿਵੇਂ ਮੇਰੀ ਮਾਂ ਦਾ ਇੱਕੋ ਹੀ ਰਿਐਕਸ਼ਨ ਹੁੰਦਾ ਕਿ ਸੋਹਣਾ ਬਣ ਗਿਆ, ਸੋਹਣਾ ਸੋਹਣਾ ਸੋਹਣਾ, ਹੋਰ ਉਹਦਾ ਨਾ ਕੋਈ ਹੁੰਦਾ ਹੈ, ਨਾ ਕਿਸੇ ਗਾਣੇ ਨੂੰ ਉਹਨੇ ਮਾੜਾ ਕਹਿਣਾ, ਨਾ ਬਹੁਤਾ ਹੀ ਚੰਗਾ, ਉਹਨਾਂ ਨੇ ਕਹਿਣਾ ਹਾਂ ਵਧੀਆ ਕਰ ਲਿਆ ਵਧੀਆ ਕਰ ਲਿਆ। ਤਾਂ ਉਹਨਾਂ ਦਾ ਬਟ ਇਹ ਹੈਗਾ ਰਿਐਕਸ਼ਨ ਕਿ ਵਧੀਆ ਹੈਗਾ। ਮੈਂ ਅੱਗੇ ਮੇਰੀ ਮਾਤਾ ਨੂੰ ਆਖੀ ਜਾਂਦਾ ਸੀਗਾ ਕਿ ਮੈਂ ਗਾਣੇ ਮੰਗਦਾ ਸੀ ਦੇਖ ਕੇ, ਤੇਰੀਆਂ ਦੁਆਵਾਂ ਦੇਖ ਕੇ ਤੂੰ ਫਿਲਮ ਦਵਾ ਦੇ। ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ ਜੇ ਤੁਸੀਂ ਅੱਜ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਹੋ, ਉਹਨਾਂ ਨੂੰ ਵੀ ਸਾਡੇ ਵੱਲੋਂ ਮੁਬਾਰਕਬਾਦ ਹੈ। ਪਰ ਇੱਕ ਥੋੜ੍ਹਾ ਜਿਹਾ ਹੁਣ ਸਵਾਲ ਮੈਂ ਕਰਨਾ ਚਾਹਾਂਗੀ ਵੀ ਟ੍ਰੇਲਰ ਦੇਖਦੇ ਨੇ, ਗੀਤ ਦੇਖਦੇ ਨੇ, ਤੁਹਾਡੀ ਕਲਾ ਦੇਖਦੇ ਨੇ ਅਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋਣਗੇ ਸ਼੍ਰੀ, ਉਦੋਂ ਹੀ ਜਦੋਂ ਕੁਛ ਸਕਰੋਲ ਕਰਦੇ ਹੋਏ ਸੋਸ਼ਲ ਮੀਡੀਆ ਦੇ ਮਾਧਿਅਮ ਜ਼ਰੀਏ ਜਾਂ ਆਲੇ ਦੁਆਲੇ ਆਂਢ ਗਵਾਂਢ ਹੈ ਨਾ, ਕੋਈ ਨੈਗੇਟਿਵ ਨਿਊਜ਼ ਉਹਨਾਂ ਤੱਕ ਪਹੁੰਚਦੀ ਹੈ ਜਿਹੜੀ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ 'ਤੇ ਪ੍ਰਭਾਵਿਤ ਹੁੰਦੀ ਹੈ, ਅਤੇ ਉਦੋਂ ਉਹਨਾਂ ਨੂੰ ਜੋ ਲੱਗਦਾ ਉਹ ਵੀ ਜਾਣਨਾ ਚਾਹਾਂਗੇ। ਤੁਸੀਂ ਉਸ ਚੀਜ਼ ਨੂੰ ਕਿਤੇ ਨਾ ਕਿਤੇ ਸਮਝਦੇ ਹੋ ਵੀ ਹੁੰਦਾ ਸਾਰਿਆਂ ਦੀ ਜ਼ਿੰਦਗੀ 'ਚ ਹੈ, ਪਰ ਇੱਕ ਕਲਾਕਾਰ ਹੋਣਾ ਹੀ ਜਿਹੜਾ ਹੈ ਵੀ ਮੇਰੇ ਘਰਦਿਆਂ ਨੂੰ ਵੀ ਇਸ ਚੀਜ਼ ਦੇ ਵਿੱਚ ਇਨਵੋਲਵਮੈਂਟ ਹੋ ਰਹੀ ਹੈ। ਇਹ ਹੁੰਦੀਆਂ ਰਹਿੰਦੀਆਂ ਚੀਜ਼ਾਂ ਜੀ, ਜਿਵੇਂ ਹੁਣ ਘਰਦਿਆਂ ਨੂੰ ਪਹਿਲਾਂ ਪਹਿਲਾਂ ਬਹੁਤ ਜ਼ਿਆਦਾ ਲੱਗਦਾ ਹੁੰਦਾ ਸੀਗਾ, ਜਦੋਂ ਮੈਂ ਪਹਿਲੀ ਵਾਰੀ ਅੰਦਰ ਰਿਹਾ ਗਾਣੇ ਕਰਕੇ, ਤਾਂ ਉਦੋਂ ਤਾਂ ਮਤਲਬ ਕਿੰਨੇ ਦਿਨ ਤਾਂ ਮੇਰੀ ਮਾਂ ਨੂੰ ਦੱਸਿਆ ਹੀ ਨਹੀਂ ਗਈਆਂ ਸੀ ਇਹ ਚੀਜ਼ਾਂ, ਕਿਉਂਕਿ ਸਾਡੇ ਐਂ ਡਰਦੇ ਹੁੰਦੇ ਕਿ ਇੱਕਦਮ ਸਦਮਾ ਹੀ ਨਾ ਲੈ ਜਾਣ ਕਿ ਆਹ ਕੀ ਚੀਜ਼ਾਂ ਹੋ ਗਈਆਂ। ਤਾਂ ਆਈ ਥਿੰਕ ਕਿ ਹੁਣ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਇਹਦੀ ਇਹ ਲਾਈਫ ਏਦਾਂ ਦੀ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਦੇ ਇਸ਼ੂ ਬਣ ਜਾਂਦੇ ਆ ਕਿ ਤੂੰ ਇੱਥੇ ਕੀ ਬਣ ਜਾਂਦਾ ਹੈਗਾ, ਤਾਂ ਇਹ ਹਰ ਰੋਜ਼ ਕੁਛ ਨਾ ਕੁਛ ਚੱਲਦਾ ਰਹਿੰਦਾ। ਤਾਂ ਫਿਰ ਆਈ ਥਿੰਕ ਹੌਲੀ ਹੌਲੀ ਉਹ ਵੀ ਮਜ਼ਬੂਤ ਹੋ ਰਹੇ ਹੈ ਜੀ। ਅੱਛੀ ਗੱਲ ਹੈ, ਕਿਉਂਕਿ ਮੈਨੂੰ ਲੱਗਦਾ ਕਲਾ ਤੁਸੀਂ ਤਾਂ ਵੈਸੇ ਵੀ ਮੈਨੂੰ ਲੱਗਦਾ ਕਲਾਕਾਰ ਜਦੋਂ ਬਣੇ ਨਹੀਂ ਸੀਗੇ ਅਤੇ ਉਹ ਤੋਂ ਪਹਿਲਾਂ ਵੀ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਜਾਂ ਜਿਹੜੀ ਚੀਜ਼ਾਂ ਵੀ ਤੁਹਾਨੂੰ ਲੱਗਦੀਆਂ ਸੀ ਵੀ ਸਾਹਮਣੇ ਹੋ ਰਹੀਆਂ ਨੇ, ਤੁਸੀਂ ਉਹ ਹਮੇਸ਼ਾ ਆਪਣੇ ਵਿਚਾਰ ਰੱਖੇ ਹੀ ਨੇ। ਜੀ ਬਿਲਕੁਲ ਰੱਖਦਾ ਰਿਹਾ ਮੈਂ ਆਹ ਗਾਣੇ ਜਾਂ ਆਹ ਕਹਾਣੀਆਂ ਫਿਲਮਾਂ, ਇਹਨਾਂ ਤੋਂ ਜ਼ਿਆਦਾ ਮੈਂ ਸੋਸ਼ਲ ਮੁੱਦਿਆਂ ਦੇ ਲਿਖ ਕੇ ਖੁਸ਼ ਹਾਂ। ਤੇ ਫਿਲਮਾਂ ਵੀ ਮੈਂ ਜਿਵੇਂ ਹੁਣੇ ਤਾਂ ਕਮਰਸ਼ੀਅਲ ਕੀਤੀ ਹੈ, ਬਟ ਆਉਣ ਵਾਲੇ ਟਾਈਮ 'ਚ ਪੰਜਾਬ ਲਈ ਮੈਂ ਕਾਫੀ ਕੁਛ ਸੋਚ ਰਿਹਾ ਕਰਨ ਲਈ। ਅੱਛਾ ਸੱਚ ਮੈਂ ਪੁੱਛਿਆ ਨਹੀਂ ਤੁਹਾਨੂੰ, ਤਾਂ ਦਿਲਜੀਤ ਨੇ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਫਿਲਮਾਂ ਲਿਖਣ ਲਈ, ਅਤੇ ਉਹਨਾਂ ਲਈ ਵੀ ਹੁਣ ਕੁਝ ਲਿਖਿਆ ਜਾ ਚੁੱਕਿਆ ਹੈ ਜਾਂ ਲਿਖਿਆ ਜਾਣਾ ਹੈ ਜਾਂ ਪਲੈਨਿੰਗ ਦੇ ਵਿੱਚ ਹੈਗਾ? ਇੱਕ ਨਾ ਬੜੀ ਇੰਟਰਸਟਿੰਗ ਜੀ ਗੱਲ ਹੋਈ ਸੀ ਉਦੋਂ, ਤੇ ਦਲਜੀਤ ਵੀਰੇ ਨੇ ਮੈਨੂੰ ਕਿਹਾ ਕਿ ਸ਼੍ਰੀ 1984 ਤੇ, ਕਿਉਂਕਿ ਮੇਰਾ ਜ਼ਿਆਦਾ ਲਿਖਣਾ ਝੁਕਾਅ ਪੰਜਾਬ ਦੇ ਮੁੱਦਿਆਂ ਤੇ ਰਹਿੰਦਾ, ਤੇ ਮੈਨੂੰ ਉਦੋਂ ਵੀਰੇ ਦੀ ਨਾ ਹੁਣ ਪਿੱਛੇ ਜੇ ਆਈ ਸੀ ਮੂਵੀ 84 ਵਾਲੇ ਦੰਗਿਆਂ ਤੇ ਆਈ ਸੀ, ਆਈ ਥਿੰਕ ਉਹ ਪਿੱਛੇ ਜੇ ਆਈ ਸੀਰੀਜ਼ ਸੀਗੀ ਉਹ ਇੱਕ, ਹਾਂਜੀ ਨੈਟਫਲਿਕਸ ਤੇ ਕੋਈ ਆਈ ਜੀ। ਤੇ ਵੀਰੇ ਨੇ ਮੈਨੂੰ ਕਿਹਾ ਕਿ ਸ਼੍ਰੀ ਕੋਈ ਦਿੱਲੀ ਤੇ ਇੱਦਾਂ ਮੁੰਡਾ ਹੋਵੇ ਤਾਂ ਉਹਦੇ ਲਈ ਸ਼੍ਰੀ ਕੀ ਲਿਖੂਗਾ। ਤਾਂ ਇਤਫਾਕ ਵਾਲੀ ਗੱਲ ਹੈ ਕਿ ਮੈਂ ਸੋਚਿਆ, ਤੇ ਮੈਂ ਉਦੋਂ ਵੀਰਾ USA ਸੀ ਆਈ ਥਿੰਕ, ਤੇ ਮੈਂ ਸਾਰੀ ਰਾਤ ਉਹ ਕਹਾਣੀ ਲਿਖੀ, ਤੇ ਮੈਂ ਸਵੇਰੇ ਫੋਨ ਕਰਿਆ ਵੀਰੇ ਨੂੰ, ਕਿਉਂਕਿ ਅਸੀਂ ਮੈਂ ਵੀ ਦੇਖਣਾ ਚਾਹੁੰਦਾ ਸੀ ਕਿ ਮੈਂ ਲਿਖ ਪਾ ਰਿਹਾ ਕਹਾਣੀਆਂ ਜਾਂ ਨਹੀਂ। ਵੀਰੇ ਨੂੰ ਮੈਂ ਜਿਹੜੀ ਕਹਾਣੀ ਸੁਣਾਈ ਵੀਰਾ ਸੁਣਦੇ ਰਹੇ, ਤੇ ਉਦੋਂ ਬਾਅਦ ਚ ਵੀਰਾ ਕਹਿੰਦਾ ਕਿ ਸ਼੍ਰੀ ਤੂੰ ਇਸ ਗੱਲ ਨੂੰ ਮੰਨੇਗਾ ਕਿ ਜਿਹੜੀ ਅਸੀਂ ਆਲਰੇਡੀ ਮੂਵੀ ਕੀਤੀ ਹੈਗੀ ਹੈ ਇਹ 99% ਉਹੀ ਕਹਾਣੀ ਬਣਾ ਦੇ ਤੂੰ ਜੀ। ਕਿਆ ਬਾਤ ਹੈ, ਮਤਲਬ ਵੀਰੇ ਨੇ ਕਾਫੀ ਮੈਨੂੰ ਮਤਲਬ ਸ਼ੁਰੂਆਤ ਵੀਰੇ ਤੋਂ ਹੀ ਕੀਤੀ ਹੈ ਮੈਂ, ਕਿਉਂਕਿ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਹੈ ਜੀ। ਮਨਕੀਰਤ ਵੀ ਕਹਿ ਰਹੇ ਸੀਗੇ ਸ਼੍ਰੀ ਵੀ ਬੜਾ ਕੰਮ ਕਰਨਾ ਹੁਣ, ਬੜੀਆਂ ਫਿਲਮਾਂ ਆ ਰਹੀਆਂ ਨੇ ਤੇ ਇਹ ਯਾਰੀ ਦੋਸਤੀ ਇਧਰੋਂ ਵੀ ਇੱਕ ਫਿਲਮ ਆਪਾਂ ਐਕਸਪੈਕਟ ਕਰ ਸਕਦੇ ਆ? ਕਰ ਸਕਦੇ ਆ ਜੀ, ਬਿਕੋਜ਼ ਮੈਂ ਕਾਫੀ ਫਿਲਮਾਂ ਕਰ ਰਿਹਾ ਹੈਗਾ, ਤਾਂ ਫਿਰ ਮੈਨੂੰ ਲੱਗਦਾ ਹੋ ਸਕਦਾ, ਕਿਉਂਕਿ ਕਾਫੀ ਸਭ ਨਾਲ ਹੀ ਆਉਣੀਆਂ ਹੁਣ। ਅੱਛਾ ਸ਼੍ਰੀ, ਪੰਜਾਬ ਦੇ ਹਾਲਾਤਾਂ ਦੀ ਜੇਕਰ ਮੈਂ ਗੱਲ ਕਰਨੀ ਚਾਹਾਂ ਹੈ ਨਾ, ਤੇ ਬੜਾ ਕੁਝ ਚੱਲ ਰਿਹਾ ਹੈ ਸ਼੍ਰੀ, ਕਿਸ ਨਜ਼ਰੀਏ ਨਾਲ ਹੁਣ ਵੇਖ ਰਹੇ ਨੇ, ਕਿਉਂਕਿ ਤੁਸੀਂ ਤਾਂ ਆਪ ਵੀ ਕੁਝ ਚੀਜ਼ਾਂ ਤੋਂ ਗੋ ਥਰੂ ਹੋ ਰਹੇ ਹੋ? ਇਹ ਚੀਜ਼ਾਂ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਜੋ ਹੋ ਰਿਹਾ ਸਾਡੇ ਸਾਹਮਣੇ ਹੁਣ ਆਇਆ, ਬਟ ਜਿਹੜੇ ਪਾਵਰਫੁਲ ਲੋਕ ਹੈ ਜੋ ਅੱਜ ਅਸੀਂ ਦੇਖ ਰਹੇ ਹਾਂ, ਉਹ ਸਾਲ ਸਾਲ ਪਹਿਲਾਂ ਇਹ ਘੜ ਚੁੱਕੇ ਸੀ ਚੀਜ਼ਾਂ, ਕਿੱਥੋਂ ਕੀ ਹੋਣਾ। ਸੋ ਸ਼੍ਰੀ ਤੁਹਾਡੇ ਨਾਲ ਤਾਂ ਬੜੀ ਗੂੜੀ ਸਾਂਝ ਸੀ ਉਹਨਾਂ ਦੀ, ਤੁਹਾਨੂੰ ਆਪਣਾ ਘਰ ਦਿਖਾਉਂਦੇ ਸੀ, ਤੁਹਾਨੂੰ ਆਪਣੇ ਪਿੰਡ ਦੇ ਵਿੱਚ ਜਦੋਂ ਹੈ ਨਾ, ਤੇ ਸ਼੍ਰੀ ਉਸ ਚੀਜ਼ ਨੂੰ ਕਿਵੇਂ ਵੇਖਦੇ, ਕਿਉਂਕਿ ਤੁਸੀਂ ਵੀ ਕਲਾਕਾਰ ਹੋ, ਜੋ ਕੁਛ ਉੱਥੇ ਹੋ ਚੁੱਕਿਆ ਉਹ ਤੁਹਾਡੇ ਨਾਲ ਵੀ ਹੋ ਰਿਹਾ? ਸਿੱਧੂ ਨਾਲ ਮਿਲਿਆ ਮੈਂ ਜ਼ਿੰਦਗੀ 'ਚ 2 ਵਾਰ ਮਿਲਿਆ, ਇੱਕ ਵਾਰੀ ਰੈਲੀ ਸੀ ਸਾਡੀ ਜੀ ਮੁਕਤਸਰ ਸਾਹਿਬ ਰੈਲੀ ਸੀ ਆਈ ਥਿੰਕ ਉੱਥੇ, ਕਿਉਂਕਿ ਵੀਰ ਇਲੈਕਸ਼ਨ 'ਚ ਸੀ ਜਦੋਂ, ਇੱਕ ਵਾਰੀ ਘਰੇ ਮਿਲਿਆ ਮੈਂ ਵੀਰ ਦੇ ਜੀ, ਘਰ ਦਿਖਾਇਆ ਸੀ ਜਦੋਂ, ਬਾਦਲ ਸਾਹਿਬ ਵੀ ਸੀ ਉੱਥੇ, ਮੈਂ ਮਾਤਾ ਨਾਲ ਵੀ ਘਰੇ ਪਿੰਡ ਵਾਲੇ ਘਰੇ ਮਿਲਿਆ। ਤਾਂ
ਬੜਾ ਦੁੱਖ ਹੁੰਦਾ ਹੈ ਸਾਡੇ ਮਾਂ ਪਿਓ, ਮਤਲਬ ਐਕਚੁਅਲ ਚ ਉਹ ਵਿਚਾਰੇ ਕਿੱਡੇ ਦੁੱਖ ਚੋਂ ਲੰਘ ਰਹੇ ਆ, ਉਹ ਸੋਚ ਵੀ ਨਹੀਂ ਸਕਦੇ, ਜੀ ਕਿਉਂਕਿ ਮਤਲਬ ਜਿਉਂਦੇ ਜੀ ਵੀ ਉਤਾਰ ਚੜਾ ਇੰਨੇ ਦੇਖਦੇ ਆ, ਤੇ ਉਦੋਂ ਬਾਅਦ ਚ ਵੀ ਹੁਣ ਮਤਲਬ ਕਿਸੇ ਪੁੱਤ ਦਾ ਕਿਸੇ ਦਾ ਵੀ ਚੱਲ ਜਾਣਾ, ਉਹ ਤਾਂ ਫਿਰ ਪਿੱਛੇ ਰਹਿ ਹੀ ਕੀ ਗਿਆ, ਬਿਲਕੁਲ ਤਾਂ ਉਹ ਕਾਫੀ ਦੁੱਖਦਾਈ ਆ, ਬਹੁਤ ਦੁੱਖ ਵਾਲੀ ਗੱਲ ਆ। ਕੀ ਤੁਹਾਡੀ ਗੱਲ ਹੋਈ ਬਾਅਦ ਵਿੱਚ? ਮੇਰੀ ਫੈਮਿਲੀ ਨਾਲ? ਜੀ ਨਹੀਂ ਨਹੀਂ ਜੀ, ਫੈਮਿਲੀ ਨਾਲ ਮੇਰੀ ਗੱਲ ਨਹੀਂ ਹੋਈ। ਇੱਕ ਵੀਰ ਸਾਡੇ, ਉਹਨਾਂ ਦੇ ਰਿਲੇਟਿਵ ਹੈਗੇ ਆ, ਮੈਂ ਆਸਟ੍ਰੇਲੀਆ, ਮੈਨੂੰ ਮਿਲੇ ਸੀਗੇ, ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਗੱਲ ਜ਼ਰੂਰ ਕਰਵਾਇਓ, ਕਿਉਂਕਿ ਮੈਂ ਇੱਥੇ ਸੀਗਾ, ਮੈਂ ਹੁਣ ਜਾ ਤਾਂ ਵਾਪਸ ਸਕਦਾ ਨਹੀਂ ਅਜੇ, ਜੀ ਟਾਈਮ ਲੱਗ ਜਾਣਾ ਮੈਨੂੰ, ਬਟ ਜਾਊਂਗਾ ਵੀ ਜਦੋਂ ਮੈਂ ਮਿਲੂੰਗਾ। ਬਟ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਤਾਂ ਉਦੋਂ ਮਤਲਬ ਗੱਲ ਹੋ ਨਹੀਂ ਪਾਈ, ਤਾਂ ਹੁਣ ਵੀ ਮੈਂ ਉਹਨੂੰ ਇੱਕ ਦੋ ਵਾਰ ਕਿਹਾ ਸੀ ਵੀਰ ਨੂੰ ਕਿ ਗੱਲ ਕਰਵਾਉਣ, ਬਟ ਉਹਨਾਂ ਦੇ ਥਰੂ ਮੈਂ ਸੁਨੇਹਾ ਜ਼ਰੂਰ ਲਵਾਤਾ ਸੀਗਾ ਕਿ ਗੱਲ ਗੱਲ ਕਰਨੀ ਚਾਹੁੰਦੇ ਨੇ। ਜੀ ਸੋ ਗਾਣਾ ਆਇਆ ਹੈ ਸਿੱਧੂ ਦਾ, ਸਾਰੇ ਰਿਕਾਰਡ ਇੱਕ ਬਾਰ ਫਿਰ ਤੋਂ ਟੁੱਟ ਗਏ ਨੇ, ਮੇਰਾ ਅਤੇ ਨਾਮ ਜੀ, ਜੀ ਮੈਨੂੰ ਤਾਂ ਮਤਲਬ ਸਭ ਤੋਂ ਜ਼ਿਆਦਾ ਤਾਂ ਵੀਡੀਓ ਜਿਨ੍ਹਾਂ ਨੇ ਬਣਾਈ ਹੈ ਉਹ ਵਾਕਈ ਹਾਂ ਕਿਆ ਕਾਬਿਲੇ ਬਾਤ, ਤਾਰੀਫ ਹੈ ਕਿ ਇੱਦਾਂ ਲੱਗਦਾ ਸਿੱਧੂ ਵਾਕਈ ਹੈਗੇ ਨੇ। ਸੋ ਸ਼੍ਰੀ ਨੇ ਜਦੋਂ ਉਹ ਗਾਣਾ ਦੇਖਿਆ, ਸ਼੍ਰੀ ਬਤੌਰ ਕਲਾਕਾਰ ਜਾਂ ਇੱਕ ਇੰਡਸਟਰੀ ਦਾ ਹਿੱਸਾ ਹੋਣ ਖਾਤਰ, ਤੁਹਾਡੇ ਦਿਮਾਗ ਦੇ ਵਿੱਚ ਪਹਿਲਾ ਜਿਹੜਾ ਥੋਟ ਸੀ ਉਹ ਕੀ ਸੀ? ਮਤਲਬ ਐਕਚੁਅਲ ਚ ਨਾ ਜਿਵੇਂ ਮੈਂ ਜ਼ਰੂਰ ਸੁਣਨਾ ਚਾਹੁੰਦਾ ਸੀਗਾ ਗਾਣਾ, ਮਤਲਬ ਅਸੀਂ ਗਾਣਿਆਂ ਚ ਰਹਿ ਰਹਿ ਕੇ ਇੰਨੇ ਹੋਏ ਨੇ ਕਿ ਕੁਛ ਵੀ ਸਾਨੂੰ ਬੜੀਆਂ ਕਹਾਣੀਆਂ ਫਿਲਮਾਂ ਗਾਣਿਆਂ ਦੇ ਨਾ ਇੱਕ ਆ ਰਿਹਾ, ਕਿਸੇ ਦਾ ਕੋਈ ਨਵਾਂ ਆ ਰਿਹਾ, ਤਾਂ ਅਸੀਂ ਸੁਣ ਕੇ ਇੰਨਾ ਦਿਲਚਸਪੀ ਨਹੀਂ ਹੁੰਦੀ, ਬਟ ਜੀ ਸਿੱਧੂ ਦਾ ਗਾਣਾ ਸੁਣਨ ਚ ਐਕਚੁਅਲ ਚ ਮੈਨੂੰ ਵੀ ਦਿਲਚਸਪੀ ਸੀ। ਮੈਨੂੰ ਲੱਗਦਾ ਮੈਂ ਵੀ ਉਹ ਗਾਣਾ ਆਉਣ ਤੋਂ 2-3 ਮਿੰਟ ਪਹਿਲਾਂ ਮੇਰੇ ਚੈਨਲ ਤੋਂ ਉਸਦੀ ਵੇਟਿੰਗ ਚ ਸੀਗਾ ਕਿ ਮੈਂ ਜੀ ਸੁਣਾ ਯੂਟਿਊਬ ਤੇ, ਕਿ ਐਕਚੁਅਲ ਦੇ ਵਿੱਚ ਮਤਲਬ ਕਿਉਂਕਿ ਉਹਦੇ ਉਹ ਜਜ਼ਬਾਤ ਹੈਗੇ ਆ, ਅਸੀਂ ਬੜੇ ਵਾਰੀ ਗਾਣਿਆਂ 'ਚ ਨਾ ਅਸੀਂ ਆਪਦੀਆਂ ਗੱਲਾਂ ਲਿਖ ਜਾਂਦੇ ਹਾਂ, ਜਜ਼ਬਾਤ ਲਿਖਦੇ ਹੈਗੇ ਆ, ਕੋਲ ਫੋਨ ਤਾਂ 2-2 ਨੇ, ਕਿਹਨੂੰ ਫੋਨ ਕਰਾਂ, ਜਿਵੇਂ ਉਹਦੀਆਂ ਗੱਲਾਂ ਸੀਗੀਆਂ ਹਨਾ ਕਿ ਸਭ ਕੁਝ ਤਾਂ ਹੋ ਗਿਆ ਹੈ, ਤੈਨੂੰ ਕੀ ਨਹੀਂ ਲੱਗਦਾ, ਜੀ ਬਾਕੀ ਤਾਂ ਸਭ ਕੁਝ ਠੀਕ ਹੀ, ਮੇਰਾ ਜੀ ਨਹੀਂ ਲੱਗਦਾ, ਤਾਂ ਉਹ ਜੀ ਨਹੀਂ ਗੱਲਾਂ ਲੱਗਦਾ। ਕਈ ਵਾਰੀ ਉਹ ਖੁਦ ਲਈ ਲਿਖ ਰਿਹਾ ਸੀਗਾ, ਤਾਂ ਉਹ ਚੀਜ਼ਾਂ, ਮੇਰਾ ਨਾਮ ਵੀ ਆਈ ਥਿੰਕ ਉਹਨੂੰ ਕਿਤਨਾ ਕਿਤੇ ਉਹਨਾਂ ਗਾਣਿਆਂ 'ਚੋਂ ਬੜਾ ਸੋਹਣਾ ਗਾਣਾ ਲੱਗਿਆ ਮੈਨੂੰ। ਬਿਲਕੁਲ, ਤੁਸੀਂ ਇਨਫੈਕਟ ਸ਼ੁਰੂ 'ਚ ਇੱਕ ਗੱਲ ਕਹੀ ਸੀਗੀ ਵੀ ਰੱਬ ਲਿਖਵਾਉਂਦਾ ਹੈ। ਸੋ ਲਾਸਟ ਰਾਈਡ ਗਾਣੇ ਦੀ ਲਿਖਵਾਉਂਦਾ ਗੱਲ ਜੀ, ਕਰੀਏ, ਹਾਂ, ਜਾਂ ਉਹਨਾਂ ਦੇ ਗੀਤਾਂ ਦੀ ਜੋ ਹਰ ਇੱਕ ਚੀਜ਼ ਸੱਚ ਹੋ ਰਹੀ ਹੈ ਇਸ ਟਾਈਮ ਤੇ, ਵਾਕਈ ਇਦਾਂ ਲੱਗਦਾ ਹੈ ਕਿ ਕਲਾਕਾਰ ਜਦੋਂ ਪਰਮਾਤਮਾ ਦੇਣ ਦੇ ਕੇ ਹੈ ਨਾ ਦਾਤ ਬਖਸ਼ਦਾ ਉਹਨੂੰ ਕਲਮ ਦੀ, ਤੇ ਮੈਨੂੰ ਲੱਗਦਾ ਹੈ ਵੀ ਵਾਕਈ ਉਹ ਆਪਣੀ ਜ਼ਿੰਦਗੀ ਲਿਖ ਜਾਂਦਾ, ਲੇਕਿਨ ਕੁਝ ਚੀਜ਼ਾਂ ਸਮਝ ਬਾਅਦ ਦੇ ਵਿੱਚ ਆਉਂਦੀਆਂ ਨੇ। ਸੋ ਸ਼੍ਰੀ ਕਲਾਕਾਰ ਹੋ, ਬੜਾ ਕੁਝ ਵੇਖਿਆ, ਬੜਾ ਕੁਝ ਹੰਡਾਇਆ ਹੈ, ਤੁਸੀਂ ਆਪਣੇ ਕੰਮ ਵੱਲ ਮੰਜ਼ਿਲ ਵੱਲ ਵੱਧ ਰਹੇ ਹੋ, ਇਲਜ਼ਾਮਾਂ ਦਾ ਲੱਗਣਾ ਵਿੱਚ ਇੱਕਦਮ ਤੋਂ, ਇੱਕਦਮ ਲੋਕਾਂ ਦਾ ਖਿਲਾਫ ਹੋ ਜਾਣਾ, ਇੱਕਦਮ ਪ੍ਰਸੈਪਸ਼ਨਸ ਬਣ ਜਾਣੀਆਂ, ਇੱਕੋ ਦਮ ਸਵੇਰੇ ਉੱਠੋ ਤੇ ਪਤਾ ਲੱਗੇ ਵੀ ਚੀਜ਼ਾਂ ਕੋ ਮਤਲਬ ਲਾਈਫ ਨੂੰ ਲੋਕਾਂ ਦਾ ਮੈਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਹੈ। ਜੀ ਸ਼੍ਰੀ ਬਹੁਤ ਮਤਲਬ ਕਿੱਦਾਂ ਤੁਸੀਂ ਵੇਖਦੇ ਹੋ, ਕਿਉਂਕਿ ਸਿੱਧੂ ਨਾਲ ਵੀ ਇਹ ਚੀਜ਼ਾਂ ਜਦੋਂ ਹੁੰਦੀਆਂ ਸੀ ਤੇ ਗਾਣੇ ਦੇ ਵਿੱਚ ਵੀ ਲਿਖਿਆ ਵੀ ਡਿਪਰੈਸ਼ਨ ਲੱਗਦਾ ਹੈ, ਮਾਫ ਕਰੀ ਜ਼ਿੰਦਗੀ, ਸੁਸਾਈਡ ਹੋ ਗਿਆ। ਸੋ ਇਹ ਤਾਂ ਮੈਨੂੰ ਜੀ ਲੱਗਦਾ ਹੈ ਹਰ ਉਸ ਕਲਾਕਾਰ ਦੇ ਨਾਲ ਹੋ ਰਿਹਾ ਹੈ ਜੋ ਆਪਣੀ ਗੱਲ ਰੱਖਦੇ ਨੇ, ਔਰ ਫਿਰ ਪਤਾ ਹੀ ਨਹੀਂ ਕਿ ਓਵਰਨਾਈਟ ਕੀ ਹੋ ਜਾਂਦਾ ਹੈ। ਇਹ ਮਤਲਬ ਐਕਚੁਅਲ ਦੇ ਵਿੱਚ ਨਾ ਮੈਂ ਅੱਗੇ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਕਿ ਪੰਜਾਬ ਨੂੰ ਸਾਰੀ ਦੁਨੀਆ ਤੇ ਇੱਕ, ਅਸੀਂ ਬਹੁਤ ਥੋੜੇ ਜਿਹੇ ਲੋਕ ਹੈ, ਬਟ ਇਹ ਨਹੀਂ ਕਰ ਸਕਦੇ ਵੀ ਦੁਨੀਆ ਦੇ ਉੱਤੇ ਅਸੀਂ ਉੱਭਰ ਕੇ ਦੇਖਦੇ ਹਾਂ ਅਸੀਂ ਸਾਰੇ, ਜੀ ਪਰ ਸਾਡੀ ਕੌਮ ਦੀ ਗੱਲ ਕਰਨ ਵਾਲੇ ਜਾਂ ਪੰਜਾਬ ਦੀ ਗੱਲ ਕਰਨ ਵਾਲੇ ਤੁਸੀਂ ਆਪ ਸੋਚ ਕੇ ਦੇਖੋ ਕਿ ਇੰਨੇ ਕਰੋੜਾਂ ਲੋਕਾਂ 'ਚੋਂ ਤੁਸੀਂ ਗਿਣਤੀ ਦੇ 4 ਬੰਦੇ ਵੀ ਨਹੀਂ ਕੱਢ ਪਾਓਗੇ, ਜੀ ਤਾਂ ਫਿਰ ਉਹ ਚਾਰਾਂ ਦਾ ਖੜਨਾ ਤੇ ਜੀਣਾ ਕਿੰਨਾ ਔਖਾ ਹੋਊਗਾ ਤੁਸੀਂ ਸੋਚ ਸਕਦੇ ਹੋ। ਸਾਡੀ ਘੱਟ ਗਿਣਤੀ ਹੈ, ਮਤਲਬ ਕਾਫੀ ਉਤਾਰ ਚੜਾਵ ਦੇਖਣੇ ਪੈਂਦੇ ਆ। ਹਾਂ ਜੀ, ਸਿਰਫ ਅਸੀਂ ਕੁੜੀਆਂ ਮੁੰਡਿਆਂ ਤੇ ਜਾਂ ਕਮਰਸ਼ੀਅਲ ਗਾਣੇ ਲਿਖਦੇ ਰਹੀਏ ਤਾਂ ਸੱਚੀ ਜ਼ਿੰਦਗੀ ਬਹੁਤ ਸੋਹਣੀ ਹੈ ਤੇ ਬੜੀ ਹਸੀਨ ਹੈ। ਅੱਜ ਨੂੰ ਮੇਰੇ 2-3 ਹਿਮਾਚਲ ਚਾਹ ਹੋਣੇ ਸੀਗੇ ਫਾਰਮ ਹਾਊਸ ਦੇ, ਤੇ ਕਾਫੀ ਸਿਕਿਉਰਿਟੀ ਵੱਡੀ ਹੋਣੀ ਸੀਗੀ ਮੇਰੀ, ਤੇ ਮੇਰੀ ਮੈਂ ਅੱਜ ਤੱਕ ਮੇਰੇ ਘਰ ਦੇ ਗੇਟ, ਜਿਹੜਾ ਮੇਰੇ ਪਿਓ ਨੇ ਕਰਜ਼ਾ ਚੱਕ ਕੇ ਲਵਾਇਆ ਸੀਗਾ, ਗੇਟ ਮੈਂ ਪਹਿਲਾ ਗਾਣਾ ਵਿਖਿਆ ਜਦੋਂ ਉਦੋਂ ਬਣਾਉਣ ਲੱਗ ਗਿਆ, ਤੇ ਬਟ ਉਹ ਨਹੀਂ ਪੂਰਾ ਹੋਇਆ ਮੇਰੇ ਤੋਂ ਬਾਅਦ ਚ, ਤਾਂ ਘਰ ਜਿਹੜਾ ਲਿਮਿਟ ਜ਼ਮੀਨ ਤੇ ਚੱਕ ਕੇ ਪਾਇਆ ਸੀਗਾ ਉਵੇਂ ਹੀ ਘਰ ਮੇਰਾ ਅੱਜ ਹੈਗਾ, ਕੋਈ ਮੈਂ ਇਹ ਨਹੀਂ ਕੋਈ ਬੰਗਲਾ ਪਾ ਲਿਆ। ਬਹੁਤ ਔਖੀ ਜ਼ਿੰਦਗੀ ਹੈ ਬਟ ਇਹ ਚ ਸਕੂਨ ਆ, ਜੀ
राइट नहीं कार हजे भी इनकम्प्लीट है ਘਰ ਅਧੂਰਾ ਹੀ ਹੈ ਜੀ, ਜਿੰਨਾ ਕੁ ਮੇਰੇ ਮਾਂ ਪਿਓ ਨੇ ਬਣਾਇਆ ਸੀਗਾ ਉਹ ਉੱਥੇ ਹੀ ਖੜਾ ਹੈਗਾ। ਪਰਮਾਤਮਾ ਕਰੇ ਕਿ ਬਟ ਬਹੁਤ ਸੋਚਦਾ ਜਲਦੀ ਉਹ ਸੁਪਨਿਆਂ ਦਾ ਘਰ ਪੂਰਾ ਹੋਵੇ ਜਿੱਦਾਂ ਤੁਸੀਂ ਸਾਰਿਆਂ ਨੇ ਸੋਚਿਆ ਪਰਿਵਾਰ ਵਾਲਿਆਂ ਨੇ। ਕਈ ਵਾਰੀ ਨਾ ਮੈਂ ਸੋਰੀ ਮੈਂ ਗੱਲ ਸ਼ੇਅਰ ਕਰਦਾ ਤੁਹਾਡੇ ਨਾਲ, ਹਾਂਜੀ ਕਈ ਵਾਰੀ ਕੀ ਹੁੰਦਾ ਨਾ ਕਿ ਰੱਬ ਸਾਡੇ 'ਚ ਇੱਕ ਭੁੱਖ ਹੁੰਦੀ ਹੈ, ਮੇਰੇ 'ਚ ਵੀ ਸੀਗੀ ਕਿ ਮੈਂ ਘਰ ਪਾਉਣਾ ਹੈ, ਐਂ ਵੱਡਾ ਸਾਰਾ ਘਰ ਹੋਊਗਾ, ਮੇਰੇ ਘਰ ਦਾ ਗੇਟ ਵੀ ਕੋਈ ਦੇਖੂਗਾ ਤਾਂ ਉਹ ਇੱਕ ਕਿਲੇ ਦਾ ਗੇਟ ਹੁੰਦਾ ਜਿਵੇਂ, ਉਵੇਂ ਬਣਵਾਇਆ ਮੈਂ। ਜੀ ਪਰ ਮੈਨੂੰ ਜਿਵੇਂ ਜਿਵੇਂ ਰੱਬ ਦਿੰਦਾ ਸੀ ਝੁਕਣ ਲੱਗ ਜਾਂਦੇ ਕਈ ਵਾਰੀ, ਤਾਂ ਉਹ ਚੁਕਾਵੇ ਸੀ ਕਿ ਮੇਰੇ ਕੋਲੇ ਅੱਜ 10 ਕਿੱਲੇ ਜਿਵੇਂ ਨਾ ਦਸਾਂ ਚੋਂ 7 ਗਊਸ਼ਾਲਾ ਨੂੰ ਦਾਨ ਦੇ ਰੱਖੀ ਹੈ ਮੈਂ, ਅੱਛਾ ਜੀ, ਤਾਂ ਮੈਨੂੰ ਮੈਨੂੰ ਜ਼ਮੀਨ ਲੈਣ ਦੀ ਇੱਛਾ ਹੈਗੀ ਹੈ, ਪਰ ਮੈਨੂੰ ਐਂ ਕਿ ਮੈਂ ਲਵਾਂ ਤੇ ਕਿਤੇ ਦਾਨ ਦੇ ਦਿਆਂ, ਉਹ ਤੇ ਮੈਂ ਕੁਛ ਨਾ ਕੁਛ ਬਣਾ ਦਿਆਂ, ਇਹ ਮਤਲਬ ਅਸੀਂ ਝੁੱਕ ਹੋਰ ਚੀਜ਼ਾਂ ਵੱਲ ਜਾਂਦੇ ਹਾਂ, ਕਈ ਵਾਰ ਰੱਬ ਦੇ ਔਕਾਤ ਤੋਂ ਵੱਧ ਦਿੰਦਾ ਹੈ ਤੇ ਅਸੀਂ ਕਹਿੰਦੇ ਕਿ ਅਸੀਂ ਮੈਂ ਸ਼ਾਇਦ ਕੋਈ ਪੜ੍ਹਾਈ ਚ ਬਹੁਤਾ ਵਧੀਆ ਨੀ ਗਾ, ਸ਼ਾਇਦ ਮੈਂ 20-25 ਹਜ਼ਾਰ ਦੀ ਮਸਾਂ ਜੋਬ ਕਰ ਰਿਹਾ ਹੁੰਦਾ, ਜੇ ਮੈਨੂੰ ਅੱਜ 3-4 ਲੱਖ ਇੱਕ ਗਾਣੇ ਲਿਖਣ ਦਾ ਹੀ ਦੇ ਦਿੰਦਾ ਹੈ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਉਸਦਾ, ਤਾਂ ਮੈਨੂੰ ਐਂ ਕਿ ਰੋਟੀ ਜੋਗਾ ਦੇਈ ਜਾਵੇ, ਬਾਕੀ ਬਾਕੀ ਤੇਰਾ ਹੀ ਹੈ ਸਭ ਕੁਛ। ਕੀ ਬਾਤ ਹੈ, ਸੋ ਵਧੀਆ ਗੱਲ ਹੈ, ਮੈਨੂੰ ਲੱਗਦਾ ਕਿ ਪਰਮਾਤਮਾ ਤੇ ਛੱਡ ਤੋਂ ਤੇ ਆਪਣੇ ਆਪ ਹੀ ਉਹ ਦੇਖਦਾ ਰਹਿੰਦਾ ਹੈ ਹਰ ਚੀਜ਼ ਨੂੰ, ਆਪਣੇ ਆਪ ਹੀ ਕਰ ਦਿੰਦਾ। ਅੱਛਾ ਸ਼੍ਰੀ, ਇੱਕ ਬਹੁਤ ਅਹਿਮ ਸਵਾਲ, ਤੁਹਾਡੀ ਫਿਲਮ ਜਿਹੜੀ ਹੈ ਅਨਡਾਊਟਡਲੀ ਉਹਦਾ ਜਿਹੜਾ ਕਨਸੈਪਟ ਹੈ ਉਹ ਸਾਡੇ ਹੀ ਪੰਜਾਬ ਦਾ ਇੱਕ ਬਹੁਤ ਅਹਿਮ ਵਿਸ਼ਾ ਹੈ, ਬਟ ਜਿਹੜੇ ਹਥਿਆਰਾਂ ਦੀ ਗੱਲ ਕੀਤੀ ਗਈ ਹੈ ਜਾਂ ਜਿਸ ਤਰੀਕੇ ਦਾ ਵੀ ਐਕਸ਼ਨ ਉਸਦੇ ਵਿੱਚ ਵਿਖਾਇਆ ਗਿਆ ਹੈ, ਕੀ ਉਹ ਤੁਹਾਡੇ ਲਈ ਲਿਖਣਾ ਔਰ ਰੀਪ੍ਰਜੈਂਟ ਕਰਨਾ ਕਿਤੇ ਨਾ ਕਿਤੇ ਚੈਲੇਂਜਿੰਗ ਸੀਗਾ, ਕਿਉਂਕਿ ਅਸੀਂ ਆ ਜਾ ਕੇ ਹਰ ਚੀਜ਼ ਕਾਹਦੇ 'ਤੇ ਥੋਪ ਦਿੰਦੇ ਹਾਂ ਵੀ ਗਾਣੇ ਇੱਦਾਂ ਦੇ ਆਉਂਦੇ ਨੇ ਤਾਂ ਇਹ ਹਾਲਾਤ ਬਣੇ ਨੇ, ਵੀ ਫਿਲਮਾਂ ਇੱਦਾਂ ਦੀਆਂ ਆਉਂਦੀਆਂ ਨੇ ਤਾਂ ਇਹ ਹਾਲਾਤ ਬਣੇ ਨੇ, ਸੋ ਤੁਸੀਂ ਇਸ ਤੁਹਾਡਾ ਕੀ ਪੁਆਇੰਟ ਆਫ ਵਿਊ ਜਾਂ ਥੋਟ ਪ੍ਰੋਸੈਸ ਹੈ ਜਿਹੜਾ ਤੁਸੀਂ ਆਡੀਅੰਸ ਤੱਕ ਲੈ ਕੇ ਜਾਣਾ ਚਾਹੁੰਦੇ ਹੋ? ਆਈ ਥਿੰਕ ਨਾ ਇਹ ਚੀਜ਼ਾਂ ਨਾ ਸਹੀ ਨਹੀਂ ਗਈਆਂ ਕਿ ਗਾਣਿਆਂ ਤੇ ਥੋਪ ਦੇਣਾ ਜੀ। ਹਾਂ ਇਹ ਮੈਂ ਕਹਿ ਸਕਦਾ ਕਿ ਥੋੜਾ ਬਹੁਤ ਇੰਪੈਕਟ ਹੋ ਸਕਦਾ ਪੈਂਦਾ ਹੋਵੇ, ਬਟ ਇੰਪੈਕਟ ਬੜੀਆਂ ਸਾਡੇ ਸਮਾਜ 'ਚ ਹੋਰ ਚੀਜ਼ਾਂ ਜਿਨ੍ਹਾਂ ਦਾ ਪੈਂਦਾ ਹੋਊਗਾ ਜੀ। ਜੇ ਇਹ ਚੀਜ਼ਾਂ ਅਸਰ ਕਰਦੀਆਂ ਤਾਂ KGF ਬੈਨ ਹੋਣੀ ਚਾਹੀਦੀ ਸੀ। ਪੁਸ਼ਪਾ ਅਗਲੀ ਆ ਚੁੱਕੀ ਹੈ ਤੇ ਲੋਕ ਬੜੇ ਖੁਸ਼ ਹੈ ਪੁਸ਼ਪਾ ਲਈ ਕਿ ਪੁਸ਼ਪਾ ਦਾ ਨੈਕਸਟ ਚੈਪਟਰ ਆ ਰਿਹਾ ਹੈਗਾ। ਜੇ ਇਹ ਚੀਜ਼ ਹਕੀਕਤ ਹੁੰਦੀ ਤਾਂ ਸਾਊਥ ਦਾ ਸਿਨੇਮਾ ਖਤਮ ਹੋ ਜਾਣਾ ਸੀਗਾ, ਬਟ ਸਾਊਥ ਦੇ ਸਿਨੇਮੇ ਨੇ ਆਈ ਥਿੰਕ ਸਾਊਥ ਦੀ ਜਿਹੜੀ ਆਮ ਸਰਕਾਰਾਂ ਹੈਗੀਆਂ ਉਹਨਾਂ ਨੂੰ ਵੀ ਬੜੀ ਹੈਲਪ ਕਰ ਰੱਖੀ ਹੋਣੀ ਹੈ ਤੇ ਬੜੇ ਲੋਕਾਂ ਨੂੰ ਨੌਕਰੀਆਂ ਦੇ ਰੱਖੀਆਂ। ਸਾਊਥ ਦਾ ਸਿਨੇਮਾ ਹੈਗਾ ਜਾਂ ਸਾਊਥ ਦੇ ਲੋਕਾਂ ਨੂੰ ਸ਼ਾਇਦ ਉਹਨਾਂ ਦੇ ਸਿਨੇਮੇ ਕਰਕੇ ਅਸੀਂ ਜ਼ਿਆਦਾ ਜਾਣਦੇ ਹਾਂ, ਬਿਲਕੁਲ ਸ਼ਾਇਦ ਜੀ, ਬਿਲਕੁਲ। ਤਾਂ ਆਈ ਥਿੰਕ ਸਾਡੇ ਪੰਜਾਬ ਨੂੰ ਵੀ ਸਾਡੀਆਂ ਫਿਲਮਾਂ ਜਾਂ ਸਾਡੇ ਗੀਤ ਆ ਰਹੇ ਸਾਨੂੰ ਵਡਾਵਾ ਦੇਣਾ ਚਾਹੀਦਾ ਹੈਗਾ। ਹਾਂ ਜੇ ਲੱਗ ਰਹੀ ਹੈਗੀ ਹੈ ਕਿ ਇਹ ਚੀਜ਼ ਸਮਾਜ ਨੂੰ ਖਰਾਬ ਕਰ ਰਹੀ ਹੈ ਤਾਂ ਐਰੇ ਇੱਕ ਜ਼ਰੂਰ 5-7 ਚੰਗੇ ਸੂਝਵਾਨ ਬੰਦੇ ਬੈਠਣ ਤੇ ਸਾਰੇ ਇੰਡੀਆ ਦਾ ਖਤਮ ਕਰਾਉਣੇ ਫਿਲਮਾਂ ਦਾ। ਬਿਲਕੁਲ, ਬਹੁਤ ਸਹੀ ਸੋਚ ਹੈ ਤੁਹਾਡੀ। ਤੇ ਸ਼੍ਰੀ ਮੇਰੀ ਗੱਲ ਸੁਣੋ, ਗਾਣੇ ਗਾ ਵੀ ਲਏ, ਲਿਖ ਵੀ ਲਏ, ਫਿਲਮ ਲਿਖ ਵੀ ਲਈ ਆ, ਹੁਣ ਆਪ ਵੀ ਹੈਗੀ ਹੈ ਪਲੈਨਿੰਗ ਆਉਣ ਦੀ ਕਿ ਹਜੇ ਕਲਮ ਤੱਕ ਹੀ ਜਾਂ ਗਾਇਕੀ ਤੱਕ ਹੀ ਸੀਮਿਤ ਰਹਿਣਾ? ਹਜੇ ਤੱਕ ਲਿਖਣ ਤੇ ਗਾਉਣ 'ਚ ਹੀ ਹਾਂ ਮੈਂ, ਬਟ ਸ਼ਾਇਦ ਪਤਾ ਨਹੀਂ ਰੱਬ ਕੀ ਕਰਾ ਦੇ। ਮਤਲਬ ਦਿਮਾਗ 'ਚ ਥੋਟ ਆ ਚੁੱਕਿਆ ਹੈ ਜਾਂ ਫਿਰ ਜਿਹੜੇ ਨਾਲ ਦੇ ਹੈਗੇ ਨੇ ਯਾਰ ਦੋਸਤ ਉਹਨਾਂ ਨੇ ਕਹਿ ਤਾ ਵੀ ਕਰਾਂਗੇ ਕੰਮ? ਹਾਂ, ਕਿਉਂਕਿ ਮਤਲਬ ਪ੍ਰਿੰਸ ਵੀਰ ਨੇ ਕਿਹਾ ਸੀ ਕਿ ਆਪਾਂ ਇਸ ਮੂਵੀ 'ਚ ਵੀ ਕਰਦੇ ਹੈਗੇ ਹਾਂ, ਬਟ ਉਹ ਮੈਨੂੰ ਆਏ ਹੁੰਦਾ ਕਿ ਯਾਰ ਮੈਂ ਹਜੇ ਆਹ ਕਰ ਰਿਹਾ ਹੈਗਾ, ਵੀਰੇ ਲਿਖਣ ਗਾਉਣ ਵਾਲਾ ਹੈਗਾ, ਠੀਕ ਹੈ ਮੇਰਾ ਹਜੇ। ਓਕੇ, ਸੋ ਰੁਤਬਾ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ, ਤੇ ਜਿਹੜਾ ਰੁਤਬਾ ਤੁਸੀਂ ਹਾਸਿਲ ਕੀਤਾ ਹੈ ਤੇ ਤੁਹਾਡੇ ਯਾਰਾਂ ਦਾ ਰੁਤਬਾ ਇਨ ਦਾ ਐਂਡ ਕੀ ਕਹਿੰਦਾ ਹੈ? ਕਿਹੜਾ ਪਰਸਨਲ ਨਿੱਜੀ ਇਹੋ ਜਿਹਾ ਪੁਆਇੰਟ ਹੈ ਜਿਹੜਾ ਤੁਸੀਂ ਫਿਲਮ ਦੇ ਵਿੱਚ ਵੀ ਰੱਖਿਆ, ਜਜ਼ਬਾਤ ਨੇ ਰੁਤਬੇ ਨੂੰ ਲੈ ਕੇ ਤੇ ਯਾਰਾਂ ਦੇ ਰੁਤਬੇ ਨੂੰ ਲੈ ਕੇ? ਆ ਫਿਲਮ 'ਚ ਵੀ ਇਹ ਯਾਰੀਆਂ ਤੇ ਵੀ ਗੱਲ ਹੈਗੀ ਆ, ਤੇ ਐਕਚੁਅਲ 'ਚ ਜਦੋਂ ਦੇਖਣਗੇ ਤਾਂ ਉਹ ਪੰਜਾਬ ਦੀਆਂ ਗੱਲਾਂ ਹੀ ਲੱਗਣਗੀਆਂ ਬੜੀਆਂ, ਆਲਾ ਦੁਆਲਾ ਅਸੀਂ ਸੁਣਦੇ ਹਾਂ ਜਿਹੜੀਆਂ ਚੀਜ਼ਾਂ ਉਹ ਜਿਹੀਆਂ ਗੱਲਾਂ ਹੀ ਹੈਗੀਆਂ। ਤੇ ਯੈਸ, ਕਿਉਂਕਿ ਸਾਰੇ ਭਰਾ ਹੀ ਹੈਗੇ ਫਿਲਮ 'ਚ, ਜਿੰਨੇ ਹੈਗੇ ਸਾਰੇ ਵੀਰ ਭਰਾ, ਤਾਂ ਉਹ ਇੱਕ ਇੱਕ ਯਾਰਾਂ ਦਾ ਰੁਤਬਾ ਹੀ ਦਿਖੂਗਾ ਫਿਲਮ 'ਚ। ਕਿਆ ਬਾਤ ਹੈ, ਸੋ ਬਹੁਤ ਬਹੁਤ ਦੁਆਵਾਂ ਨੇ ਤੁਹਾਨੂੰ, ਐਂਡ ਆਉਣ ਵਾਲੇ ਜੋ ਵੀ ਤੁਹਾਡੇ ਪ੍ਰੋਜੈਕਟਸ ਨੇ, ਗਾਣੇ ਨੇ ਜਾਂ ਫਿਲਮਾਂ ਨੇ, ਉਹਦੇ ਲਈ ਵੀ ਦਿਲੋਂ ਦੁਆਵਾਂ ਨੇ ਸ਼੍ਰੀ। ਇਸੇ ਤਰ੍ਹਾਂ ਜ਼ਿੰਦਗੀ 'ਚ ਅੱਗੇ ਵੱਧਦੇ ਰਹੋ ਅਤੇ ਸੋਹਣਾ ਕੰਮ ਕਰਦੇ ਰਹੋ ਅਤੇ ਪੰਜਾਬੀ ਸਿਨੇਮਾ ਨੂੰ ਹਮੇਸ਼ਾ ਜਿਸ ਤਰ੍ਹਾਂ ਤੁਸੀਂ ਅੱਗੇ ਲੈ ਕੇ ਜਾਣ ਬਾਰੇ ਸੋਚਦੇ ਹੋ ਉੱਦਾਂ ਹੀ ਸੋਚਦੇ ਰਹੋ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ।
सो ये सी खास गलबात श्री ब्राड के नाल फिल्म आ रही है रुतबा यारां दा, खुद श्री ने लिखी है और देव करौड़ उस दे विच लीड दे विच ने, बड़े कमाल दे किरदार दे विच प्रिंस कमलजीत नज़र आउणगे, होर भी बड़े सारे चेहरे तुहानूं देखण नूं मिलणगे। सो तुहानूं किहो जिही लगी गलबात, अपना फीडबैक जरूर दिया करो, तुहाडा फीडबैक साडे लई बड़ा वैल्यूएबल है। बाकी पंजाबी सिनेमे नूं, अच्छी कला नूं, अच्छे कलाकारां नूं हमेशा प्यार ते साथ दिंदे रहो। फिलहाल दे लई दिओ इजाजत एंड कीप वॉचिंग सिने पंजाबी। सत श्री अकाल।